ਹੁੰਦਾ ਥੱਲੇ ਆਰਿਆਂ ਦੇ, ਉਹ ਸੁੱਖ ਦੀ ਨੀਂਦੇ ਬੜੇ ਸੌਂਦੇ, ਜਿਹੜੇ ਵਾਸੀ ਨੇ ਕੱਚਿਆਂ ਧਾਰਿਆਂ ਦੇ, ਤੇ ਆਈਆਂ ਤਕਦੀਰਾਂ ਦਾ ਟਲਣ ਔਖਾ, ਲੱਖ ਪੜ੍ਹ ਲੈ ਇਲਮ ਸਤਾਰਿਆਂ ਦੇ, ਲੱਖ ਪੜ੍ਹ ਲੈ ਇਲਮ ਸਤਾਰਿਆਂ ਦੇ, ਇਸ ਪੰਜਾਬ ਸਟੇਡੀਅਮ ਰੰਗਾ ਰੰਗ ਔਰ ਬਹੁਤ ਹੀ ਜ਼ਬਰਦਸਤ ਮੁਕਾਬਲਾ ਲਾਹੌਰ ਔਰ ਮੁਲਤਾਨ, ਲਾਹੌਰ ਦੀ ਟੀਮ ਇਸ ਟਾਈਮ ਮੈਦਾਨ ਦੇ ਵਿੱਚ ਰੈੱਡ ਕਿੱਟ ਦੇ ਵਿੱਚ ਲਾਹੌਰ ਔਰ ਬਲਿਊ ਕਿੱਟ ਦੇ ਵਿੱਚ ਇਸ ਟਾਈਮ ਮੁਲਤਾਨ ਦੀ ਟੀਮ ਮੈਦਾਨ ਗਿਆ, ਜੋ ਫੱਪ ਕੇ ਫੱਪ ਗਿਆ ਕਬੱਡੀ ਦਾ ਮੈਦਾਨ ਮਿੱਤਰੋ, ਵੱਧ ਵੱਧ ਗੱਭਰੂ ਜਵਾਨ ਮਿੱਤਰੋ, ਮੱਖਣਾ ਦੇ ਨਾਲ ਪੁੱਤ ਪਾਲੇ ਹੋਏ ਨੇ, ਲਾਟਾਂ ਨਾਲ ਮਾਪਿਆਂ ਸੰਭਾਲੇ ਹੋਏ ਨੇ, ਪਿੜ ਵਿੱਚ ਆਉਣ ਜਦੋਂ ਸ਼ੇਰ ਗੱਜਦੇ, ਵੇਖ ਵੇਖ ਵੈਰੀਆਂ ਦੇ ਕੰਧ ਵੱਜਦੇ, ਇਹਨਾਂ ਨਾਲ ਦੇਸ਼ ਦੀ ਪਛਾਣ ਹੁੰਦੀ ਏ, ਦੁਨੀਆਂ ਦੇ ਵਿੱਚ ਉੱਚੀ ਸ਼ਾਨ ਹੁੰਦੀ ਏ, ਇਹਨਾਂ ਨਾਲ ਦੇਸ਼ ਦੀ ਪਛਾਣ ਹੁੰਦੀ ਏ, ਦੁਨੀਆਂ ਦੇ ਵਿੱਚ ਉੱਚੀ ਸ਼ਾਨ ਦੀ। ਜਨਾਬ ਖਾਲਿਦ ਕੁੰਮਰ ਟੀਮ ਕੋਚ, ਲਾਹੌਰ ਦੀ ਟੀਮ ਦੇ ਕੋਚ, ਸਦਕੇ ਜ਼ਿੰਦਾਬਾਦ। ਮੁਕਾਬਲਾ ਬਹੁਤ ਦਿਲਚਸਪ, ਬਹੁਤ ਤਕੜੀ ਟੱਕਰ, ਦੋਵਾਂ ਸ਼ਹਿਰਾਂ ਦੇ ਵਿੱਚ ਇਲਮੋ ਫਜ਼ਲ ਔਰ ਤਸੱਵਫ ਦੀਆਂ ਵੱਡੀਆਂ ਹਸਤੀਆਂ, ਸੂਫੀਆਂ ਦਾ ਸ਼ਹਿਰ ਮੁਲਤਾਨ, ਦਾਤਾ ਦੀ ਨਗਰੀ ਲਾਹੌਰ, ਸਦਕੇ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਮੁਕਾਬਲੇ ਦਾ ਆਗਾਜ਼ ਚਾਹੁੰਦੇ ਹਾਂ, ਬਹੁਤ ਤਕੜੀ ਟੱਕਰ, ਬਹੁਤ ਤਕੜਾ ਮੁਕਾਬਲਾ, ਪ੍ਰੋਫੈਸਰ ਸ਼ਨਾਵਰ ਸਾਹਿਬ ਦੀ ਵਿਸਲ ਕਿ ਦੋਵੇਂ ਟੀਮਾਂ ਬਿਲਕੁਲ ਰੈਡੀ ਰਹਿਣ। ਹਾਂਜੀ ਮਾਰੋ ਬਿਸਲ ਜੀ, ਜ਼ਿੰਦਾਬਾਦ ਜੀ, ਬਹੁਤ ਵਧੀਆ ਪਰਫਾਰਮ ਕਰ ਰਹੇ ਸਨ, ਦਾਨਾ ਬਬਰ ਸ਼ੇਰਾ ਜ਼ਿੰਦਾਬਾਦ, ਦਾਨਾ ਗਰੇਵਾਲ, ਲਓ ਜੀ ਪਹਿਲੀ ਕਬੱਡੀ ਇਸ ਟਾਈਮ ਮੁਲਤਾਨ, ਲੈ ਲਓ ਜੀ ਚੱਲ ਵੀ ਸੁਣਿਆ ਪਾਖ ਕਬੱਡੀ, ਮੁੰਡੇ ਜਾਫੀ ਲਾਹੌਰ ਦੇ ਚਾਰ ਹੈ, ਹੋ ਬੱਲੇ ਬੱਲੇ ਹੋਣ ਲੱਗੀ, ਜਾਫੀ ਕਿਹੜਾ ਡੱਕ ਪਾਏਗਾ, ਹਾਦਰ ਢਿੱਲੂ ਪਰ ਨੰਬਰ ਕਹਿੰਦੇ ਮੁਲਤਾਨ ਦੇ ਖਾਤੇ, ਪਹਿਲਾ ਪੁਆਇੰਟ ਜੁੜ ਗਿਆ। ਘੁੰਮਣ ਸਾਹਿਬ ਇਹ ਬੱਚਿਆਂ ਨੂੰ ਮੇਰੇ ਕੋਲ ਭੇਜੋ ਜਲਦੀ ਜ਼ਰਾ, ਇਹਨੂੰ
ਲਓ ਜੀ ਕਬੱਡੀ ਪਾਉਣ ਵਾਸਤੇ ਮੁਗਲ ਪੁੱਤਰ ਇਸ ਟਾਈਮ ਪੱਟ ਖੜਕਾਇਆ, ਨਾ ਹੈ ਮੁੰਡੇ ਦਾ ਕੈਸਰ ਮੁਗਲ, ਕਬੱਡੀ ਕਬੱਡੀ ਅਲਾਪ ਦਾ ਲਾਹੌਰ ਵੱਲੋਂ ਨਨਕਾਣਾ ਸਾਹਿਬ ਦੀ ਧਰਤੀ, ਜ਼ਿਲ੍ਹਾ ਨਨਕਾਣਾ ਸਾਹਿਬ ਡਿਵੀਜ਼ਨ ਲਾਹੌਰ, ਮੁੰਡੇ ਨੇ ਗੁੱਟ ਫੜਨ ਦੀ ਕੋਸ਼ਿਸ਼ ਕੀਤੀ ਆ, ਮੁਗਲ ਦੀਆਂ ਕੱਟਾਂ ਧੱਕੇ, ਯੋਰ ਨਾ ਮੇਰੀ ਜਾਨ ਛੋੜੋ ਨੰਬਰ ਮੁਗਲ ਦਾ। ਭਾਈ ਖਾਲਦ ਦੌੜ ਗਿਆ, ਚੱਲ ਵੀ ਸੁਣਿਆ ਬਲਾਲ ਪਾਖ ਕਬੱਡੀ, ਅਗਲੀ ਕਬੱਡੀ ਪਾਉਣ ਦੇ ਬਸ ਮੁੰਡਾ ਫਿਰ ਮੁੰਡਾ ਬਲਾਲ ਕਹਿੰਦੇ ਐ ਕਹਿੰਦੇ ਸ਼ਾਨਵਾ ਜਿਹਾ ਸਰੀਰ ਮੁੰਡੇ ਦਾ, ਹੋ ਦੋ ਨੰਬਰ ਤੋਂ ਟੱਚ ਹੋਇਆ, ਵੱਜੇਗੀ ਬਿਸਲੇ ਉਹ ਨੰਬਰ, ਕਹਿੰਦੇ ਡਬਲ ਟੱਚ ਦਾ ਇਸ਼ਾਰਾ, ਨੰਬਰ ਮੁਲਤਾਨ ਦੇ ਖਾਤੇ ਹੋਏ, ਨੱਚਦਾ ਟੱਪਦਾ ਹੰਦਿਆਂ ਦੇ ਵਿੱਚ ਪੁਆਇੰਟ ਦਾ ਕਰ ਗਿਆ ਵਾਧਾ। ਭਾਈ ਖਾਲਦ ਕਿੱਥੇ ਰਹਿ ਗਿਆ ਮੁੰਡਾ, ਫੈਸਲਾ ਵੱਧ ਆਉਣਾ ਬੰਦੇ ਨੇ ਕਮਲਿਆ, ਇੱਧਰ ਨੂੰ ਤੈਨੂੰ ਪਰਮ ਜਾਣ ਡਿਆ, ਉੱਤੋਂ ਤੋਂ ਉੱਪਰ ਪਾਇਆ ਗਰਮੀਆਂ ਜੀ, ਅੱਲਾ ਵਾਲਿਆ। ਚੱਲ ਪਈ ਬਿਜਲੀ, ਸ਼ਕੀਲ ਬਿਜਲੀ ਇੱਕ ਨੰਬਰ ਦਾ ਹੋਰ ਇਜ਼ਾਫਾ ਕੀਤਾ, ਪਿਛਾ ਹਟਿਆ, ਅਗਲੀ ਕਬੱਡੀ ਪਾਉਣ ਜੀ, ਕਬੱਡੀ ਪਾਉਣ ਵਾਸਤੇ ਮੁੰਡਾ ਚੱਲ ਪਏ ਮੁਲਤਾਨੀ ਸ਼ੇਰ, ਸਦਕੇ ਸਦਕੇ ਜ਼ਿੰਦਾਬਾਦ, ਹਜ਼ਰਤ ਬਹੁਤ ਬਹੁਤ ਦਿਨ ਜ਼ਿਕਰ ਗਿਆ ਮੁਲਤਾਨੀ ਦੀ ਜੂ, ਕਬੱਡੀ ਕਬੱਡੀ ਅਲਾਫ ਦਾ ਜੀ, ਔਰ ਰੈਫਰੀ ਸਾਹਿਬ ਦਾ ਇਸ਼ਾਰਾ, ਨੰਬਰ ਮਨਸ਼ਾ ਕਰੀਮ ਸਾਹਿਬ ਦਾ ਇਸ਼ਾਰਾ, ਨੰਬਰ ਜਾਫੀ ਦੇ ਖਾਤੇ, ਨੰਬਰ ਲਾਹੌਰ ਦੇ, ਕਬੱਡੀ ਪਾਉਣ ਵਾਸਤੇ ਇੱਕ ਵਾਰੀ ਫੇਰ ਚੱਲ ਪਏ ਨੌਜਵਾਨਾਂ, ਪਾ ਕਬੱਡੀ ਸ਼ਹਿਜ਼ਾਦਾ, ਕਬੱਡੀ ਕਬੱਡੀ ਉਸਾਮਾ ਖਾਨ, ਚੱਲ ਪਏ ਉਸਾਮਾ ਪਾ ਸੋਹਣਿਆ ਕਬੱਡੀ, ਸੋਹਣਾ ਨਾਮ ਮੁੰਡੇ ਦਾ, ਸੋਹਣਾ ਵਜੂਦ, ਓ ਮਾਲਕ ਮਿਹਰ ਕਰੇ ਕੋਈ ਖੁੱਲ੍ਹਾ ਹੱਥ ਵੱਜਾ, ਕੋਈ ਨੌਜਵਾਨ ਨੇ ਚੋਟ ਮਹਿਸੂਸ ਕੀਤੀ ਹੈ, ਅੱਲਾ ਪਾਕ ਇਹਨਾਂ ਨੂੰ ਮਾੜੀ ਨਜ਼ਰ ਤੋਂ ਬਚਾਵੇ, ਇਹਨਾਂ ਨੂੰ ਤੱਤੀ ਹਵਾ ਤੋਂ ਬਚਾਵੇ, ਇਹ ਪੰਜਾਬ ਦਾ ਮਾਣ ਨੇ, ਇਹ ਪੰਜਾਬ ਦੀ ਪਛਾਣ ਨੇ, ਇਹ ਕਬੱਡੀ ਦੇ ਖਿਡਾਰੀ, ਮਾਲਕ ਇਹਨਾਂ ਨੂੰ ਸਲਾਮਤ ਰੱਖੇ, ਮਾਲਕ ਇਹਨਾਂ ਨੂੰ ਸਲਾਮਤ ਰੱਖੇ। ਰੈਸਕਿਊ 1122 ਜੀ, 1122 ਸੋ ਥੈਂਕਸ ਪਲੀਜ਼, ਫਸਟ ਏਡ ਸਾਮਾ ਨੇ ਕੋਈ ਚੋਟ ਮਹਿਸੂਸ ਕੀਤੀ ਹੈ, ਖਿੱਚ ਮਹਿਸੂਸ ਕੀਤੀ, ਬਾਹਰ ਕੈਫ, ਅੱਲਾ ਪਾਕ ਸਲਾਮਤ ਰੱਖੇ, ਆਪਾਂ ਜੁੜਦੇ ਹਾਂ ਖੇਡ ਮੈਦਾਨ ਦੇ ਨਾਲ। ਕਰਮ ਕਰਮ ਮੁਲਤਾਨ ਦੇ ਕੋਚ ਸਾਹਿਬ ਇੱਥੇ ਬੈਠੇ ਸੀ ਮੇਰੇ ਕੋਲ, ਮੁਲਤਾਨ ਦੇ ਕੋਚ ਸਾਹਿਬ ਪਲੀਜ਼ ਜੀ, ਕਬੱਡੀ ਪਾਉਣ ਵਾਸਤੇ ਨੌਜਵਾਨ, ਗੁੰਦਵਿਆ ਜੁੱਸਾ, ਮਦਰਾ ਵਜੂਦ, ਜਾਫੀ ਚਾਰ, ਉਹ ਵੇਖ ਲੱਗਾ ਗਿੱਟੇ ਦੇ ਗਬਰੂ ਗਿਆ, ਨੌਜਵਾਨ ਤੈਯਬ ਨੇ ਕੋਸ਼ਿਸ਼ ਜਾਫੀ ਨੇ ਕੀਤੀ ਆ, ਲਾਹੌਰੀਏ ਸ਼ਹਿਜ਼ਾਦੇ ਨੇ ਟਰਾਈ ਕੀਤੀ ਆ, ਪਰ ਨੰਬਰ ਰੇਡਰ ਦੇ ਖਾਤੇ, ਕਬੱਡੀ ਪਾਉਣ ਵਾਸਤੇ ਕੈਸਰ ਮੁਗਲ, ਚੱਲ ਪਈ ਸ਼ਹਿਜ਼ਾਦੇ ਭੈਣ ਤੁਸੀਂ ਖਲੋ ਕੇ ਫਿਰ ਬਹਿ ਗਏ ਜੋ ਕੋਚ ਸਾਹਿਬ ਮਲਾਂਗੀ ਹੋਇਆ ਨਹੀਂ ਮੈਂ, ਚੱਲ ਵੀ ਸੋਹਣਿਆ ਪਾਖਾ ਕਬੱਡੀ, ਇੱਧਰੋਂ ਫਿਰ ਲਾਹੌਰ ਵੱਲੋਂ ਉਹ ਹਲਕਾ ਜਿਹਾ ਮਾਰਿਆ ਟੱਚ, ਹੰਨਿਆਂ ਦੇ ਵਿੱਚ ਟੱਪਦਾ ਨੱਚਦਾ, ਇੱਕ ਪੁਆਇੰਟ ਦਾ ਵਾਧਾ ਕਰ ਗਿਆ, ਚੱਲ ਵੀ ਸੋਹਣਿਆ ਪਾਖਾ ਕਬੱਡੀ, ਇੱਧਰੋਂ ਨੰਬਰ 3-3 ਹੋ ਗਏ, ਮੁਲਤਾਨ ਨਾਲੋਂ ਪਈ ਹੋਈ ਮੁੰਡੇ ਦੀ ਰੇਡ ਹੈ, ਵੇਖਾਂਗੇ ਸਰੀਰ ਮੁੰਡੇ ਦਾ ਗੁੰਦਵਾਂ ਜਿਹਾ, ਆ ਮੱਖਣ ਦੇ ਪੇੜੇ ਵਰਗਾ ਮੁੰਡਾ, ਅਗਾ ਬਲ ਵੱਧਾ ਹੋਇਆ, ਜਾਫੀ ਮੁਰੇ ਲਾਹੌਰ ਦੇ ਚਾਰ ਹੈ, ਇੱਧਰ ਕਹਿੰਦੇ ਜਾਫੀ ਲੱਗ ਗਿਆ, ਪਰ ਕੁੰਡਾ ਪੱਕਾ ਪਾ ਗਿਆ, ਜਮੂਰ ਪਾ ਗਿਆ, ਅਲਫੀ ਸੁੱਟ ਗਿਆ ਵਿੱਚ ਜੰਦੇ ਦੇ, ਨੰਬਰ ਜਾਫੀ ਦਾ, ਨੰਬਰ ਨੁਸ਼ਾਹੀ ਦਾ,
ਸਦਕੇ ਨਾ ਹੀ ਬਹੁਤ ਸੋਹਣਾ ਤੈਯਬ ਨੋਸ਼ਾਹੀ ਸਦਕੇ ਅਗਲੀ ਕਬੱਡੀ ਪਾਉਣ ਵਾਸਤੇ ਲਾਹੌਰ ਵੱਲੋਂ ਮੁੰਡੇ ਦੀ ਕਬੱਡੀ 5'3" ਕੱਦ ਚੱਲ ਪਈ ਖਾਲਦ ਘੁੰਮਣ ਚੇਅਰਮੈਨ ਆਪ ਆ ਗਈ ਕਬੱਡੀ ਇੱਧਰ ਲੱਗਣਾ ਜੋ ਪਤਾ ਕਾਸ਼ੀ ਸੰਘੇੜਾ ਕਾਸ਼ੀ ਸੰਘੇੜਾ ਕਾਸ਼ੀ ਸੰਘੇੜਾ ਮੁਲਤਾਨੀਆਂ ਸਦਕੇ ਸਦਕੇ ਪਰ ਨੰਬਰ ਕਹਿੰਦਾ ਲਾਹੌਰ ਦਾ ਸਦਕੇ ਬੈਟਰੀ ਤੇ ਫੁੱਲ ਚਾਰੇ ਜਾ ਨੰਬਰ ਇਸ ਟਾਈਮ 5 ਲਾਹੌਰ 4 ਮੁਲਤਾਨ ਦੇ ਕਬੱਡੀ ਪਾਉਣ ਵਾਸਤੇ ਸਿਆਲਾਂ ਦਾ ਪੁੱਤ ਕਦੀ ਸ਼ਾਨਾ ਸਿਆਲ ਕਦੀ ਖਾਵਰ ਸਿਆਲ ਕਦੀ ਨੌਜਵਾਨ ਅਸਰਾਰ ਸਿਆਲ ਮੁਲਤਾਨੀਆਂ ਸਿਆਲ ਸਿਆਲ ਕਦੀ ਆਰਫ ਸਿਆਲ ਦੀ ਗੱਲ ਹੋਈ ਆ ਪਰ ਜਾਫੀ ਟਰਾਈ ਕਰ ਗਿਆ ਅਬੂ ਬੱਕਰ ਸਰਦਾਰ ਪੁੱਤ ਅਬੂ ਬੱਕਰ ਤੇ ਸਿਆਲ ਅਬੂ ਬੱਕਰ ਤੇ ਸਿਆਲ ਨੰਬਰ ਸਿਆਲ ਦਾ ਨੰਬਰ ਸਿਆਲ ਦਾ ਕਬੱਡੀ ਪਾਉਣ ਵਾਸਤੇ ਚੱਲ ਪਈ ਸ਼ਕੀਲ ਬਿਜਲੀ ਚੱਲ ਪਈ ਸ਼ਕੀਲ ਬਿਜਲੀ ਅੱਜ ਸਮੇਂ ਕਹਿੰਦੇ ਧਾਵਾ ਬੋਲਦਾ ਹੋਇਆ ਸ਼ਕੀਲ ਬਿਜਲੀ ਵੇਖਾਂਗੇ ਜਾਫੀ ਮੋਰੇ ਮੁਲਤਾਨ ਦੇ ਉਹ ਕੀ ਗੱਲ ਬਣ ਗਈ ਬਿੱਲਾ ਡੋਗਰੇ ਸਰਦਾਰਾਂ ਦਾ ਪੁੱਤ ਉਹ ਕਹਿੰਦੇ ਦੋ ਮੰਜ਼ਲਾ ਜੱਫਾ ਲਾਉਂਦਾ ਹੋਇਆ ਹੋ ਬੱਲੇ ਬੱਲੇ ਇੱਧਰ ਵੀ ਚੱਕਦਾ ਮੁੰਡਾ ਭਾਰ ਤੋਲਦਾ ਕੱਢੀਏ ਬਾਰ ਬਾਰ ਦੀ ਪੂਰੀ ਕੋਸ਼ਿਸ਼ ਹੈ ਭੱਜੇਗੀ ਵੀ ਸੁਣੇ ਨੰਬਰ ਦੱਸਾਂਗੇ ਕਹਿੰਦੇ ਖਾਤੇ ਨੰਬਰ ਕਹਿੰਦੇ ਉਹ ਕਹਿੰਦੇ ਰੇਡਰ ਦੇ ਬਿਜਲੀ ਆ ਬਿਜਲੀ ਕਹਿੰਦੇ ਆਏ ਦਿਨ ਮੁੰਡੇ ਦੇ ਯੂਨਿਟ ਵਧਦੇ ਹੈ ਆ ਬਿਜਲੀ ਕਹਿੰਦੇ ਕਰ ਗਿਆ ਅਜ਼ਾਫਾ ਚੱਲ ਵੀ ਸੁਣਿਆ ਇੱਧਰੋਂ ਪਾਈ ਹੋਈ ਮੁਲਤਾਨ ਲੱਲੋ ਰੇਡ ਮੁੰਡੇ ਦੀ ਮੋਰੇ ਜਾਫੀ ਮੈਰੀ ਮੈਰੀ ਕਹਿੰਦੇ ਅਗਲਾ ਬਲ ਵੱਧਦਾ ਹੋਇਆ ਜਾਫੀ ਕਮਾਲਾ ਕਰੀ ਜਾਂਦੇ ਲਾਹੌਰ ਦੇ ਨੰਬਰ ਕਹਿੰਦੇ 6-5 ਦਾ ਮੁਕਾਬਲਾ ਇੱਧਰੋਂ ਕਹਿੰਦੇ ਜਾਫੀ ਲੱਗਾ ਪੈਰ ਉਖੜੇ ਮੁੰਡੇ ਦੇ ਬਲਾਲ ਬਲਾਲ ਤੇ ਮੈਰੀ ਹੋ ਬਲ ਬਲ ਕਰਾਉਂਦਾ ਹੋਇਆ ਕਿ ਫਤ ਕੀ ਜਾਨ ਛਕੰਜੇ ਅੰਦਰ ਚੁੰਬਲ ਚ ਗੰਨਾ ਰੋ ਨੂੰ ਕਹਿ ਹੁਣ ਰੋ ਮੁਹੰਮਦ ਜੇ ਰਵੇ ਤੇ ਮੰਨਾ ਜੇ ਰਵੇ ਤੇ ਮੰਨਾ ਨੰਬਰ ਇਹ ਜਾਫੀ ਦੇ ਖਾਤੇ ਨੰਬਰ ਲਾਹੌਰ ਦੇ ਖਾਤੇ ਨੰਬਰ ਲਾਹੌਰ ਦੇ ਖਾਤੇ ਨੰਬਰ ਲਾਹੌਰ ਦੇ ਖਾਤੇ ਚੱਲ ਵੀ ਸਮਾਂ ਸੁਣਿਆ ਬਾਖ ਕਬੱਡੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਅਸਾਮਾ ਅਸਾਮਾ ਉਹ ਕਹਿੰਦੇ 1-2-3 ਉਹ ਕਹਿੰਦੇ 4 ਹੀ ਮੁੰਡੇ ਲੱਗ ਗਏ ਪਰ ਨੰਬਰ ਅਸਾਮਾ ਆਪਣੇ ਖਾਤੇ 'ਚ 1 ਦਾ ਹੋਰ ਇਜ਼ਾਫਾ ਹੋ ਗਿਆ ਚੱਲ ਵੀ ਸੁਣਿਆ ਪਾਖ ਕਬੱਡੀ ਫਾਹਦ ਮੁੰਡਾ ਅਗਾਂਹ ਵੱਲ ਵੱਧਦਾ ਹੋਇਆ ਫਾਹਦ ਮੁਲਤਾਨ ਦੀ ਧਰਤੀ ਗੁੰਦਵਾਂ ਜਿਹਾ ਸਰੀਰ ਮੁੰਡੇ ਦਾ ਹਲਕਾ ਜਿਹਾ ਮਾਰਿਆ ਟੱਚ ਹੰਦਿਆਂ ਦੇ ਵਿੱਚ ਨੱਚਦਾ ਟੱਪਦਾ ਕਮਾਲਾ ਕਰਦਾ ਹੋਇਆ ਚੱਲ ਵੀ ਸੁਣਿਆ ਕੈਸਰ ਮੁਗਲ ਅਗਲੀ ਕਬੱਡੀ ਪਾਉਣ ਦੇ ਬਾਸ ਮੁੰਡਾ ਕੈਸਰ ਮੁਗਲ ਲਾਹੌਰ ਲੋ ਉਧਰੋਂ ਕਹਿੰਦੇ ਗੁੱਟ ਫੜ ਲਿਆ ਹੇ ਬੱਲੇ ਬੱਲੇ ਕਿ ਮੇਲੇ ਚੱਲਿਆ ਲਿਆ ਤੇ ਮੈਨੂੰ ਗਜਰਾ ਹੋ ਲੈ ਜਾ ਮੇਰਾ ਗੁੱਟ ਨਾਪ ਕੇ ਲੈ ਜਾ ਮੇਰਾ ਗੁੱਟ ਨਾਪ ਕੇ ਨੰਬਰ ਲਾਹੌਰ ਦੇ ਖਾਤੇ ਨੰਬਰ ਲਾਹੌਰ ਦੇ ਖਾਤੇ ਚੱਲ ਵੀ ਸੁਣਿਆ ਸਿਆਲ ਪਾਖ ਕਬੱਡੀ ਅਗਲੀ ਕਬੱਡੀ ਪਾਉਣ ਦੇ ਬਾਸ ਮੁੰਡਾ ਸਿਆਲ ਮੁਲਤਾਨ ਦੀ ਧਰਤੀ ਅਸਰਾਰ ਸਿਆਲ ਕਹਿੰਦੇ ਮੁੰਡੇ ਨੂੰ ਹੋ ਬੱਲੇ ਬੱਲੇ ਕਰਾਉਂਦਾ ਹੋਇਆ ਜਵਾਨੀ ਮੁੰਡੇ ਦੇ ਖੈਂਦੀ ਹੈ ਖੈਂਦੀ ਹੈ ਕਿ ਆਈ ਜਵਾਨੀ ਛਲ ਮਸਤਾਨੀ ਨਹੀਂ ਲਗਾਇਆ ਲੁੱਕ ਦੀ ਗੱਠ ਖੇਡ ਪੈਰ ਜ਼ਮੀਨ ਦੇ ਉੱਤੋਂ ਆ ਮਾਰੀ ਸ਼ਾਲ ਲਾ ਗਈ ਔਰ ਪੱਟਾ ਨਾਲ ਅੱਖ ਦੀ ਚਮਕ ਨਾਲ ਕਮਾਲ ਜਿਹਾ ਹੋ ਗਿਆ ਅੱਖ ਦੀ ਚਮਕ ਨਾਲ ਕਮਾਲ ਜਿਹਾ ਹੋ ਗਿਆ ਕਮਾਲਾ ਕਰੀ ਜਾਂਦਾ ਮੁੰਡਾ ਇੱਧਰੋਂ ਫਿਰ ਕਬੱਡੀ ਪਾਉਣ ਦੇ ਬਾਸ ਮੁੰਡਾ ਅਗਾਂਹ ਵੱਲ ਵੱਧਦਾ ਹੋਇਆ ਲਾਹੌਰ ਦਾ ਹਲਕਾ ਜਿਹਾ ਮਾਰਿਆ ਟੱਚ ਹੰਦਿਆਂ ਦੇ ਵਿੱਚ ਪੁਆਇੰਟ ਦਾ ਕਰ ਗਿਆ ਵਾਧਾ ਚੱਲ ਪਈ ਸੋਹਣਿਆ ਪਾ ਕਬੱਡੀ
ਅਗਲੀ ਕਬੱਡੀ ਪਾਉਣ ਵਾਸਤੇ ਮੁੰਡਾ ਮੁਲਤਾਨ ਵੱਲੋਂ ਮੁੰਡੇ ਦਾ ਅਟੈਕ ਚੱਲ ਪਈ। ਸ਼ਰੋਜ਼ ਸ਼ਹਿਜ਼ਾਦਾ ਸ਼ਰੋਜ਼ ਦੀ ਕਬੱਡੀ ਜ਼ਿਲ੍ਹਾ ਵਿਹਾੜੀ ਮੁੰਡੇ ਦਾ ਡਿਵੀਜ਼ਨ ਮੁਲਤਾਨ। ਆ ਵੇਖ ਮੁੰਡਾ ਕੀ ਕਰਦਾ ਪਿਆ, ਆਬੂ ਬੱਕਰ ਗਿੱਟੇ ਤੇ ਅੱਪੜ ਗਿਆ, ਇਹ ਨਫੀਸ ਗੁੱਜਰ ਵਾਂਗਰ ਗਿੱਟਾ ਚੱਕਿਆ ਮੁੰਡੇ ਨੇ, ਧੱਕਾ ਮਾਰਿਆ ਸਦਕੇ ਸਦਕੇ ਲੱਕ ਤੇ ਗਿਆ। ਕਹਿੰਦਾ ਔਖੇ ਫੜਨੇ ਨੇ, ਸ਼ੇਰ ਦਾ ਨੱਕ ਰੇਡਰ ਦਾ ਲੱਕ ਤੇ ਖੜੱਪਾ ਸੱਪ ਤੇ ਕਬੂਤਰ ਚੀਨੇ, ਇਹ ਜਿਹੜਾ ਔਖੇ ਫੜੇ ਜਾਂਦੇ ਨੇ। ਨੰਬਰ ਜਾਫੀ ਦਾ ਕਬੱਡੀ ਪਾਉਣ ਵਾਸਤੇ ਸ਼ਕੀਲ ਬਿਜਲੀ, ਚੱਲ ਬਿਸ਼ਕੀਲ ਬਿਜਲੀ ਫਿਰ ਅਗਾ ਬਲ ਵੱਧਦਾ ਹੋਇਆ ਪੰਜਾਬ ਸਟੇਡੀਅਮ ਦੇ ਵਿੱਚ ਲੱਗਿਆ ਹੋਇਆ ਸੋਹਣਾ ਮੇਲਾ। ਉਹ ਕਹਿੰਦੇ ਇੱਧਰੋਂ ਫਿਰ ਜਾਫੀ ਡੱਕ ਪਾਉਣ ਦੀ ਕੋਸ਼ਿਸ਼ ਕਰਦਾ, ਪਰ ਨੰਬਰ ਬਿਜਲੀ ਦਾ ਉਹ ਖਲੋ ਜਾ ਭਾਈ, ਉਹ ਲੈ ਗਿਆ ਮਗਰੋਂ ਕਿਤੇ ਬਾਹਰ ਨਾ ਭਾਜੀ ਮੁੰਡਾ ਬਹੁਤ। ਚੱਲ ਵੀ ਮੁੰਡਾ ਫਾਹਦੇ ਇਸ ਟਾਈਮ ਮੁਲਤਾਨ ਦੀ ਧਰਤੀ ਫਾਹਦੇ ਪੋਲੇ ਪੋਲੇ ਪੱਬ ਤਰਦਾ ਹੋਇਆ ਜਾਫੀ ਚਾਰ ਦੇ ਅਟੈਕ ਬੋਲਦਾ ਹੋਇਆ, ਇਹ ਕਦੇ ਹਲਕਾ ਜਿਹਾ ਮਾਰਿਆ ਟੱਚ ਪਰ ਨੰਬਰ ਦਾ ਫਿਰ ਇਜ਼ਾਫਾ ਕਰ ਗਿਆ, ਨੰਬਰ ਦਾ ਫਿਰ ਇਜ਼ਾਫਾ ਕਰ ਗਿਆ। ਉਹ ਕਹਿੰਦੇ ਹਿੱਕ ਦੀ ਜੋੜ ਦੇ ਪੜਦਾ ਪਾਦਾ ਕਰ ਗਿਆ ਮੁੰਡਾ। ਚੱਲ ਵੀ ਸੁਣਿਆ ਪਾਖ ਕਬੱਡੀ ਇੱਧਰ ਲਾਹੌਰ ਵੱਲੋਂ ਪਈ ਹੋਈ ਮੁੰਡੇ ਦੀ ਕਬੱਡੀ, ਕਮਾਲਾ ਕਰੀ ਜਾਂਦਾ ਕਮਾਲਾ ਕਰੀ ਜਾਂਦਾ ਸ਼ੇਫੜੀਆ ਗੱਭਰੂ ਡਿਸਟ੍ਰਿਕਟ ਲਾਹੌਰ ਪੰਜਾਬ ਸਟੇਡੀਅਮ ਦੇ ਵਿੱਚ ਸਾਮਾ ਅਸਾਮਾ। ਉਧਰੋਂ ਕਹਿੰਦੇ ਗੁੱਟ ਫੜਦਾ ਹੋਇਆ ਮੁੰਡਾ ਅਸਾਮਾ, ਪਰ ਨੰਬਰ ਸਾਮਾ ਲਾਹੌਰ ਦੇ ਖਾਤੇ 'ਚ ਇੱਕ ਪੜਦਾ ਵਾਧਾ ਕਰ ਗਿਆ। ਚੱਲ ਵੀ ਸੋਹਣਿਆ ਪਾਖ ਕਬੱਡੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਮੁੰਡਾ ਅਮੈਰ ਅਮੈਰ। ਚੱਲ ਵੀ ਮੈਰੀ ਲੱਗ ਜਾਏਗਾ ਪਤਾ ਕਿਵੇਂ ਗੱਲ ਬਣੇਗੀ, ਕਿਹੜਾ ਪਾਉਂਦਾ ਕੰਪਿਊਟਰ 'ਚ ਅਮੈਰ ਅਮੈਰ ਬੱਲੇ ਬੱਲੇ, ਇਹ ਉਹ ਕੱਢ ਕੇ ਬਾਹਰ ਮਾਰਿਆ ਕਿ ਨੰਬਰ ਮੈਰੀ ਦਾ ਨੰਬਰ ਮੁਲਤਾਨ ਦਾ ਨੰਬਰ ਮੁਲਤਾਨ ਦੇ ਖਾਤੇ ਜੁੜ ਗਿਆ ਜੀ। ਕੈਸਰ ਮੁਗਲ ਅਗਲੀ ਕਬੱਡੀ ਪਾਉਣ ਵਾਸਤੇ ਸਟਾਰ ਕਬੱਡੀ ਖਿਡਾਰੀ ਨਨਕਾਣਾ ਸਾਹਿਬ ਦੀ ਧਰਤੀ ਤਹਿਸੀਲ ਸਾਂਗਲਾ ਹਿੱਲ। ਉੱਧਰ ਫਿਰ ਕਮਾਲਾ ਕਰੀ ਜਾਂਦਾ ਮੁੰਡਾ ਮੁਲਤਾਨ ਦਾ, ਇੱਕ ਵੱਟ ਦਾ ਹੋਰ ਇਜ਼ਾਫਾ ਕਰ ਗਿਆ ਬਿੱਲਾ ਡੋਗਰ। ਚੱਲ ਵੀ ਸੁਣਿਆ ਇੱਧਰੋਂ ਫਿਰ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਅਗਾਂਹ ਵੱਲ ਵੱਧਦਾ ਹੋਇਆ। ਚੱਲ ਵੀ ਜਵਾਨਾਂ ਲੱਗੇ ਨਾ ਹੁਣ ਕੰਡ ਜਵਾਨਾਂ, ਪਲਟਾ ਸੁਣਿਆ ਇੰਜ ਦਾ ਮਾਰੀ ਵੇਖੇ ਕੁੱਲ ਜਵਾਨਾਂ ਇਸ ਟਾਈਮ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਇੱਧਰੋਂ ਫਿਰ ਚੱਕ ਲਿਆ ਭਾਰ ਤੋਲਦਾ ਤਈ ਅਬੜੇ, ਪਰ ਨੰਬਰ ਦੇਖਾਂਗੇ ਵੱਜੇਗੀ ਵਿਸਲ ਕਿ ਨੰਬਰ ਜਾਫਲੈਂਡ ਦੇ ਖਾਤੇ ਨੰਬਰ ਲਾਹੌਰ ਦੇ ਖਾਤੇ। 14-10 ਦਾ ਮੁਕਾਬਲਾ ਚੱਲਦਾ ਹੋਇਆ ਇੱਧਰੋਂ ਫਿਰ ਜਿਵੇਂ ਜਿਵੇਂ ਮੈਚ ਅੱਗਾਂ ਟੁਰਦਾ ਪਿਆ ਲਾਹੌਰ ਦੀ ਪਰਫਾਰਮੈਂਸ ਬਿਹਤਰੀ ਆਉਂਦੀ ਪਈ ਆ। ਆਗਾਜ਼ ਦੇ ਵਿੱਚ ਮੁਲਤਾਨੀਏ ਬਿਲਕੁਲ ਬਰਾਬਰ ਜਾਣ ਡੇ ਸੀ, ਲੇਕਿਨ 4 ਪੁਆਇੰਟ ਦਾ ਇਹ ਫਰਕ ਲੀਡ ਇੱਥੇ ਹੀ ਹੋ ਗਈ ਆ। ਬਾਹਰ ਕੈਫ ਕੁਝ ਵੀ ਹੋ ਸਕਦਾ ਮੈਦਾਨ ਦੇ ਵਿੱਚ। ਉੱਧਰ ਗੱਭਰੂ ਲੱਕ ਫੜਨ ਦੀ ਕੋਸ਼ਿਸ਼ ਕਰਦਾ ਪਿਆ, ਟਰਾਈ ਪੂਰੀ ਆ ਗੱਭਰੂ ਦੀ, ਲੇਕਿਨ ਨਹੀਂ ਕਿਆ ਕਰ ਰਹੇ ਹੋ ਯਾਰ ਆਪ, ਇਤਨੀ ਦੂਰ ਆ ਕੇ ਮੈਨੂੰ ਪਕੜੋਗੇ ਕੈਸੇ, ਕਿਆ ਕਰ ਰਹੇ ਹੋ, ਮੈਂ ਇਸ਼ਰੇ ਕੀ ਨਹਿਰ ਕ੍ਰਾਸ ਕਰ ਗਿਆ ਸਾ। ਚੱਲ ਵੀ ਸੁਣਿਆ ਪਾਖ ਕਬੱਡੀ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਫਿਰ ਮੁਲਤਾਨ ਦਾ ਅਗਾ ਬਲ ਵੱਧਦਾ ਹੋਇਆ ਜਾਫੀ ਮੋਰੇ ਚਾਰ ਖੜੇ। ਚੱਲ ਵੀ ਪਾਹਦੇ ਕਮਾਲਾ ਕਰੀ ਜਾਂਦਾ ਮੁੰਡਾ ਇੱਧਰੋਂ ਫਿਰ ਚੱਕ ਲਿਆ ਅਰਗੀ ਘਰਾੜੀ ਮੁੰਡੇ ਦੀ ਕੱਢ ਕੇ ਬਾਹਰ ਮਾਰਿਆ ਨੰਬਰ ਲਾਹੌਰ ਦੇ ਖਾਤੇ।
ਲਓ ਜੀ ਬਹਾਵਲਪੁਰ ਦਾ ਗੁਜਰਾਂਵਾਲਾ ਅਸ਼ਰਫ ਗੋਂਦਲ ਸਾਹਿਬ ਬਹਾਵਲਪੁਰ ਬਹਾਵਲਪੁਰ ਔਰ ਗੁਜਰਾਂਵਾਲਾ ਰੈਡੀ ਹੋ ਜਾਣ ਬਹੁਤ ਸ਼ੁਕਰੀਆ ਚੱਲ ਪੀ ਬਿਜਲੀ ਚੱਲ ਪੀ ਬਿਜਲੀ ਸੁਣਿਆ ਬਾਖਾ ਕਬੱਡੀ ਮੋਰੇ ਜਾਫੀ ਓ ਕਾਸ਼ੀ ਕਾਸ਼ੀ ਦੇ ਬਿਜਲੀ ਕਾਸ਼ੀ ਦੇ ਬਿਜਲੀ ਕਮਾਲਾ ਕਰੀ ਜਾਂਦਾ ਉਹ ਕਹਿੰਦੇ ਉਖੜੇ ਪੈਰ ਮੁੜੇ ਦੇ ਪਰ ਨੰਬਰ ਕਹਿੰਦੇ ਰੇਡਰ ਦਾ ਨੰਬਰ ਜਾਫੀ ਦਾ ਇਹ ਬਿਜਲੀ ਥੋੜੇ ਵੋਲਟ ਵੱਧ ਗਏ ਸਨ ਜਿਵੇਂ ਸਟਾਰਟ ਚਲਾਉਣ ਲੱਗਿਆ ਲਾਈਟਾਂ ਵੀ ਸਾਡੀਆਂ ਸਾੜੀਆਂ ਬਿਜਲੀ ਨੇ ਬਿਜਲੀ ਆਊਟ ਹੋ ਗਈ ਚੱਲ ਵੀ ਸੁਣਿਆ ਬਾਖ ਕਬੱਡੀ ਇਧਰੋਂ ਫਿਰ ਕਬੱਡੀ ਪਾਉਣ ਦੇ ਪਾਸੇ ਮੁੰਡਾ ਆ ਕੇ ਬਲ ਬੱਧਾ ਹੋਇਆ ਮੁਲਤਾਨ ਦੀ ਧਰਤੀ ਹੈ ਐ ਕਹਿੰਦੇ ਗੁੰਦਵਾਂ ਜਾਂ ਮੁੰਡੇ ਦਾ ਸਰੀਰ ਜਾਫੀ ਲਾਹੌਰ ਦੇ ਚਾਰ ਖੜੇ ਉਹ ਚਾਰੇ ਹੀ ਤਿਆਰ ਖੜੇ ਹੈ ਬੱਲੇ ਬੱਲੇ ਕਰਾਉਣ ਵਾਸਤੇ ਜਾਫੀ ਕਿਹੜਾ ਦੋ ਨੰਬਰ ਤੋਂ ਲੱਗਾ ਅਬੂ ਬੱਕਰ ਕਮਾਲਾ ਕਰੀ ਜਾਂਦਾ ਹੈ ਐਂ ਗੁੱਛੋ ਕਰੀ ਜਾਂਦਾ ਮੁੰਡਾ 30 ਸੈਕਿੰਡ ਦਾ ਸਮਾਂ ਸੂਈਆਂ ਘੜੀ ਦੀਆਂ ਟਿਕ ਟਿਕ ਕਰਦੀਆਂ ਹੋਈਆਂ ਨੰਬਰ ਕਹਿੰਦੇ ਲਾਹੌਰ ਦੇ ਖਾਤੇ ਜੁੜ ਗਿਆ ਨੰਬਰ ਲਾਹੌਰ ਦੇ ਖਾਤੇ 17-11 ਦਾ ਮੁਕਾਬਲਾ ਹੋ ਗਿਆ 17-11 ਦਾ ਮੁਕਾਬਲਾ ਹੋ ਗਿਆ ਜੀ ਅਗਲੀ ਕਬੱਡੀ ਪਾਉਣ ਵਾਸਤੇ ਉਸਾਮਾ ਇੱਕ ਵਾਰੀ ਫੇਰ ਅਟੈਕ ਮੁੰਡੇ ਦਾ ਕੋਸ਼ਿਸ਼ ਬਹੁਤ ਜ਼ਬਰਦਸਤ ਆ ਗੱਭਰੂ ਦੀ ਕਿ ਇੱਕ ਨੰਬਰ ਹੋਰ ਜੋੜਾਂ ਇਹਦੇ ਨਾਲ ਹੀ ਨੰਬਰ ਕਰ ਗਿਆ 18 ਅਸਾਮਾ ਨੰਬਰ 18 ਕਬੱਡੀ ਪਾਉਣ ਵਾਸਤੇ ਅਸਰਾਰ ਸਿਆਲ ਪੱਕਾ ਨਸ਼ੋ ਪਿੰਡਾ ਸ਼ੀਟਕਾ ਜਿਹਾ ਜੁੱਸਾ ਨੌਜਵਾਨ ਦਾ ਜਿਵੇਂ ਅਕਮਲ ਸ਼ਹਿਜ਼ਾਦ ਡੋਗਰ ਵਰਗਾ ਵਜੂਦ ਮੁੰਡੇ ਦਾ ਰੈਫਰੀ ਮਨਸ਼ਾ ਕਰੀਮ ਸਾਹਿਬ ਦਾ ਇਸ਼ਾਰਾ ਗਾਲਬਨ ਕੋਲ ਟੈਕਨੀਕਲ ਫੌਲ ਗਲਤੀ ਕੀਤੀ ਗਈ ਆ ਔਰ ਰੀਰੇਡ ਹੋਏਗੀ ਕਿਉਂਕਿ ਆਪਣੇ ਟਾਈਮ ਤੋਂ ਪਹਿਲਾਂ ਰੇਡ 'ਤੇ ਨਿਕਲ ਗਿਆ ਸੀ ਗੱਭਰੂ ਜੀ ਚੱਲ ਪਈ ਅਸਰਾਰ ਸੋਹਣਿਆ ਪਾ ਕਬੱਡੀ ਸਿਆਲਾਂ ਦਾ ਪੁੱਤ ਪੱਟ ਖੜਕਾਉਂਦਾ ਸਦਕੇ ਜਾਫੀ ਚਾਰ ਲਾਹੌਰ ਦੇ ਚਾਰ ਨੌਜਵਾਨ ਲਾਹੌਰ ਦੇ ਇਹ ਗੱਭਰੂ ਵੇਖਣੇ ਪੈਣੇ ਆ ਨੌਜਵਾਨ ਸ਼ਾਹਦ ਨੂੰ ਸ਼ਾਹੀ ਉਹ ਫਿਰ ਚੰਬੜ ਗਿਆ ਜੋ ਗੱਭਰੂ ਇੱਕ ਚੱਲ ਪਈ ਮੁਹੰਮਦ ਸ਼ਾਹਦ ਕਹਿੰਦਾ ਬੰਦਾ ਤੇ ਇੱਥੋਂ ਨਹੀਂ ਜਾਣਦਾ ਹੈਗਾ ਜਦੋਂ ਕੈਂਚੀ ਵੱਜ ਜੇ ਫਿਰ ਨਿਕਲਣਾ ਔਖੀ ਗੱਲ ਹੋ ਜਾਂਦੀ ਹੈ ਜਰਾ ਫਿਰ ਰਾਣਾ ਇਮਰਾਨ ਅਹਿਮਦ ਖਾਨ ਸਾਹਿਬ ਕੈਂਚੀ ਜੋ ਕਹਿੰਦੇ ਬੰਦਾ ਜਰਾ ਔਖਾ ਛੁੱਟਦਾ ਵਾ ਔਰ ਕੈਂਚੀ ਵੀ ਬੜੀ ਪੱਕੀ ਪੀਟੀ ਜੀ ਲਾਈ ਹੈ ਸ਼ਾਹਦ ਨੇ ਕਬੱਡੀ ਪਾਉਣ ਵਾਸਤੇ ਕੈਸਰ ਮੁਗਲ ਟੈਕਨੀਕਲ ਟਾਈਮ ਆਊਟ ਲਾਹੌਰ ਨੇ ਮੰਗਿਆ ਜੀ ਪ੍ਰੋਫੈਸਰ ਸਾਹਿਬ ਲਾਹੌਰ ਵੱਲੋਂ ਟਾਈਮ ਆਊਟ ਦੀ ਮੰਗ ਕੀਤੀ ਗਈ ਚੱਲ ਵੀ ਸੁਣਿਆ ਬਾਖਾ ਕਬੱਡੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਫਿਰ ਮੁਲਤਾਨ ਦਾ ਕਵਲ ਬੱਧਾ ਹੋਇਆ ਜਾਫੀ ਮੋਰੇ ਚਾਰ ਲਾਹੌਰ ਦੇ ਖੜੇ ਵੇਖਾਂਗੇ ਕਿਹੜਾ ਵੱਧ ਕੇ ਡੱਕ ਪਾਊਗਾ ਮੁੰਡੇ ਨੂੰ ਹਲਕਾ ਜਿਹਾ ਮਾਰਿਆ ਟੱਚ ਪਰ ਹੰਧਿਆਂ ਦੇ ਵਿੱਚ ਨੱਚਦਾ ਟੱਪਦਾ ਚੱਲ ਵੀ ਅੱਲਾ ਦਿੱਤਾ ਸੱਪਾਂ ਵਾਲਾ 6 ਫੁੱਟਿਆ ਗੱਭਰੂ ਨਾ ਮੁੰਡੇ ਦਾ ਅੱਲਾ ਦਿੱਤਾ ਪਿਆਰ ਨਾਲ ਸੱਪਾਂ ਵਾਲਾ ਕਹਿੰਦੇ ਮੁੰਡੇ ਨੂੰ ਚੱਲ ਵੀ ਲਾਹੌਰ ਵੱਲੋਂ ਪਈ ਹੋਈ ਰੇਡ ਬਣੇ ਦੀ ਅੱਲਾ ਦਿੱਤਾ ਸੱਪਾਂ ਵਾਲਾ ਕਮਾਲਾ ਕਰੀ ਜਾਂਦਾ ਹੈ ਇੱਕ ਸ਼ੌਕਤ ਸੱਪਾਂ ਵਾਲਾ ਮੁੰਡਾ ਮਸ਼ਹੂਰ ਹੋਇਆ ਹੈ ਇੱਕ ਅੱਲਾ ਦਿੱਤਾ ਸੱਪਾਂ ਵਾਲਾ ਜਾਫੀ ਮੋਰੇ ਟੱਕ ਪਾਉਂਦਾ ਵੇਖਾਂਗੇ ਜੋਗੀ ਕਿੱਦਾਂ ਕਿੱਦਾਂ ਦਾ ਜੋਗੀ ਲੱਗਾ ਹੈ ਸੱਪਾਂ ਵਾਲੇ ਨੂੰ ਪਰ ਕਮਾਲਾ ਕਰੀ ਜਾਂਦਾ ਉਧਰੋਂ ਸੱਪ ਉਧਰੋਂ ਮੁਲਤਾਨ ਦਾ ਜੋਗੀ ਪਰ ਨੰਬਰ
ਸੱਪ ਹਿੱਕ ਦੇ ਜ਼ੋਰ ਤੇ ਪਾਉਣ ਦਾ ਵਾਅਦਾ ਕਰ ਗਿਆ। ਚੱਲ ਵੀ ਸੁਣਿਆ ਪਾਖ ਹੈ ਕਬੱਡੀ, ਅਗਲੀ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਫਿਰ ਅਗਾ ਬਲ ਵੱਧਦਾ ਹੋਇਆ। ਚੱਲ ਵੀ ਇਸ ਟਾਈਮ ਪੋਲੇ ਪੋਲੇ ਪੱਬ ਤਰਦਾ, ਬਿਲਕੁਲ ਸਿਆਲ ਪੋਤੇ ਕਮਾਲਾ ਕਰੀ ਜਾਂਦਾ ਮੁਲਤਾਨ ਵਾਲਾ। ਸਿਆਲ ਮੁੰਡੇ ਨੂੰ ਕਹਿੰਦੇ ਮਰੇ ਜਾਫੀ ਚਾਰ, ਉਹ ਹਲਕਾ ਜਿਹਾ ਮਾਰਿਆ ਟੱਚ, ਉਹ ਬਿਲਕੁਲ ਬੱਗੂ ਬੱਗੂ ਕਮਾਲਾ ਕਰੀ ਜਾਂਦਾ, ਐ ਹੰਦੇ ਦੂਰ ਕਰਦਾ ਹੋਇਆ ਢਾਉਣ ਵਾਲਾ ਕੰਮ ਕਰੀ ਜਾਂਦਾ। ਪਰ ਨੰਬਰ ਜਾਫੀ ਦੇ ਖਾਤੇ, ਨੰਬਰ ਜਾਫ ਲੈਣ ਦੇ ਖਾਤੇ। ਚੱਲ ਵੀ ਸੁਣਿਆ, ਚੱਲ ਵੀ ਖਿੱਲਾ ਸੁੰਦਰੀਆ, ਇਸ ਟਾਈਮ ਖਲੀਲ ਸੁੰਦਰੀਆ ਰੇਡ ਦੇ ਉੱਪਰ, ਲਾਹੌਰ ਲਪਾਈ ਹੋਈ ਰੇਡ ਮੁੰਡੇ ਦੀ। ਮੁਰੇ ਜਾਫੀ ਫਿਰ ਕਮਾਲਾ ਕਰੀ ਜਾਂਦਾ ਮੁਲਤਾਨ ਦਾ, ਹੋ ਚੱਕ ਲਿਆ ਮੁੰਡੇ ਨੇ, ਭੱਜ ਗਈ ਕੈਂਚੀ ਲੱਗਦੇ ਹੋਏ ਔਰ ਬੱਲੇ ਬੱਲੇ ਹੁੰਦੀ ਹੋਈ, ਐ ਕਹਿੰਦੇ ਹੰਦੇ ਦੂਰ ਕੀਤੇ ਖਿੱਚ ਕੇ ਲਹਿਰੋਂ ਪਾਰ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ। ਇਹ ਉਹ ਬੱਜੇਗੀ ਵੀ ਸਰ ਕਿ ਨੰਬਰ ਸੁੰਦਰ, ਨੰਬਰ ਸੁੰਦਰ ਵਾਲੇ ਮੁੰਡਾ ਲਾਹੌਰ ਆਪਣੇ ਖਾਤੇ ਚ ਪੁਆਇੰਟ ਦਾ ਵਾਧਾ ਕਰ ਗਿਆ। ਚੱਲ ਵੀ ਸੁਣਿਆ ਪਾਖ ਕਬੱਡੀ, ਇੱਧਰ ਫਿਰ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਦਨਾਨ ਅਗਾਂਹ ਵੱਲ ਵੱਧਦਾ ਹੋਇਆ, ਉਹ ਮੁਲਤਾਨ ਦੀ ਧਰਤੀ ਬੱਲੇ ਬੱਲੇ ਕਰਾਉਂਦਾ ਹੋਇਆ, ਵੇਖਾਂਗੇ ਹਲਕਾ ਜਿਹਾ ਮਾਰਿਆ ਟੱਚ, ਪਰ ਨੰਬਰ ਨੱਚਦਾ ਟੱਪਦਾ ਹੰਦਿਆਂ ਦੇ ਵਿੱਚ ਇੱਕ ਪੁਆਇੰਟ ਦਾ ਹੋਰ ਵਾਧਾ ਕਰ ਗਿਆ, ਇੱਕ ਪੁਆਇੰਟ ਦਾ ਹੋਰ ਵਾਧਾ ਕਰ ਗਿਆ। ਚੱਲ ਵੀ ਇੱਧਰ ਫਿਰ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਅਗਾਂਹ ਵੱਲ ਵੱਧਦਾ ਹੋਇਆ ਅਸਾਮਾ, ਚੱਲ ਵੀ ਅਸਾਮਾ ਲਾਹੌਰ ਇਸ ਟਾਈਮ ਬਿਲਕੁਲ ਧਾਵਾ ਬੋਲਦਾ ਹੋਇਆ ਮੁੰਡਾ ਜਾਫੀ ਚਾਰ ਖੜੇ ਆ ਕਿ ਅੱਖਾਂ ਤੇ ਰੱਬ ਨੇ ਸਭ ਨੂੰ ਦਿੱਤੀਆਂ, ਅੱਖ ਮਠਾਉਣੀ ਜਾਣੇ ਕੋਈ ਕੋਈ, ਉਹ ਕੋਡੀ ਕੋਡੀ ਹਰ ਕਈ ਕਰਦਾ, ਕੋਡੀ ਸਾਮਾ ਵਰਗੀ ਪਾਣੀ ਜਾਣੇ ਕੋਈ ਕੋਈ, ਅਸਾਮਾ ਵਰਗੀ ਪਾਣੀ ਜਾਣੇ ਕੋਈ ਕੋਈ। ਚੱਲ ਵੀ ਸਿਆਲਾ ਪਾਖ ਕਬੱਡੀ, ਅਸਰਾਰ ਸਿਆਲ ਮੁੰਡਾ ਫਿਰ ਅਗਾਂਹ ਵੱਲ ਵੱਧਦਾ ਹੋਇਆ, ਸ਼ਾਨਵਾ ਜਿਹਾ ਸਰੀਰ ਮੁੰਡੇ ਦਾ, ਅਸਰਾਰ ਸਿਆਲ ਮੁੰਡੇ ਨੂੰ ਕਹਿੰਦੇ, ਸ਼ਾਨਵਾ ਜਿਹਾ ਕਿ ਪਤਲਾ ਪਤੰਗ ਬਦਰ ਮੁੰਡੇ ਦਾ ਰਬੜ ਬਾਗ ਲਚਕੀਲਾ ਏ, ਪਹਿਲਾਂ ਪਾਉਂਦਾ ਟੋਰਾ ਟੁਰਦਾ ਜਿਵੇਂ ਹੁੰਦਾ ਨਾਗ ਨਸ਼ੀਲਾ ਏ, ਜਿਵੇਂ ਹੁੰਦਾ ਨਾਗ ਨਸ਼ੀਲਾ ਏ। 30 ਸੈਕਿੰਡ ਦਾ ਸਮਾਂ ਬੀਤਦਾ ਹੋਇਆ, ਸੂਈਆਂ ਘੜੀ ਦੀਆਂ ਟਿੱਕ 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 ਕਰਦੀਆਂ ਹੋਈਆਂ, ਔਰ ਜਾਫੀ ਕੱਢ ਲਿਆ, ਐ ਕਮਾਲਾ ਕਰੀ ਜਾਂਦਾ ਮੁੰਡਾ, ਟਾਈਮ ਮੁੱਕ ਗਿਆ। ਨੰਬਰ ਲਾਹੌਰ ਦੇ ਖਾਤੇ, ਨੰਬਰ ਅਬੂ ਬਕਰ ਹਿੱਕ ਦੀ ਜ਼ੋਰ ਦੇ ਪੁਆਇੰਟ ਦਾ ਵਾਧਾ ਕਰ ਗਿਆ। ਅਗਲੀ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਕੈਸਰ ਮੁਗਲ, ਚੱਲ ਵੀ ਸੁਣਿਆ ਕੈਸਰ ਮੁਗਲ ਪਾਖ ਕਬੱਡੀ ਬੱਲੇ ਬੱਲੇ ਕਰਾਉਂਦਾ ਹੋਇਆ ਕਿ ਹੰਦੇ ਛੱਡ ਕੇ ਬਿਜਲੀ ਦੇ ਬਾਗ ਨਿਕਲੇ, ਸਦਕੇ ਜਾਮਾ ਮੈਂ ਤੇਰੀ ਰਫਤਾਰ ਉੱਤੇ, ਜਾਫੀਆਂ ਤੇ ਇੰਜ ਚਪੱਟ ਮਾਰੇ ਜਿਵੇਂ ਮਾਰਦਾ ਈ ਸ਼ੇਰ ਸ਼ਿਕਾਰ ਉੱਤੇ। ਇੱਧਰ ਬਾਜ਼ੀਆਂ ਪੈਂਦੀਆਂ ਹੋਈਆਂ, ਮੁਲਤਾਨ ਵਾਲਾ ਸ਼ੇਰ ਕਮਾਲਾ ਕਰੀ ਜਾਂਦਾ ਕੱਢ ਕੇ ਬਾਹਰ ਮਾਰਿਆ। ਨੰਬਰ ਮੁਲਤਾਨ ਦੇ ਖਾਤੇ, ਨੰਬਰ ਮੁਲਤਾਨ ਦੇ ਖਾਤੇ, 14-5 ਦਾ ਮੁਕਾਬਲਾ, 14-5 ਦਾ ਮੁਕਾਬਲਾ ਚੱਲਦਾ ਹੋਇਆ। ਚੱਲ ਵੀ ਇੱਧਰੋਂ ਫਿਰ ਮੁੰਡਾ ਬਿਲਕੁਲ ਕਮਾਲਾ ਕਰੀ ਜਾਂਦਾ ਅਦਨਾਨ ਮੁੰਡਾ। ਚੱਲ ਵੀ ਸੁਣਿਆ ਐਸਮ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਫਿਰ ਅਦਨਾਨ, ਮੁਲਤਾਨ ਦੀ ਧਰਤੀ ਪੋਲੇ ਪੋਲੇ ਪੱਬ ਤਰਦਾ ਹੋਇਆ, ਵੇਖਾਂਗੇ ਜਾਫੀ ਮੋਰੇ ਚਾਰ ਖੜੇ ਹੈ। ਇਹ ਅਦਰੋ ਮੁੰਡਾ ਫਿਰ ਤਈਬ ਨਿਸ਼ਾਹੀ ਹੇ ਕੱਢ ਕੇ ਬਾਹਰ ਮਾਰਨ ਦੀ ਕਰਦਾ ਕੋਸ਼ਿਸ਼, ਤਈਬ ਨਿਸ਼ਾਹੀ ਐ ਲੈਣ ਦੇ ਉੱਤੇ ਕੱਢ ਕੇ ਬਾਹਰ ਮਾਰਿਆ ਨੰਬਰ ਲਾਹੌਰ ਦੇ ਖਾਤੇ। ਉਹ ਕਹਿੰਦੇ ਪੁਆਇੰਟ ਦਾ ਵਾਧਾ ਕਰ ਗਿਆ, ਪੁਆਇੰਟ ਦਾ ਵਾਧਾ ਕਰ ਗਿਆ। ਇਹ ਇੱਧਰ ਕਹਿੰਦੇ ਟੈਕਨੀਕਲ ਜਿਹਾ ਨੰਬਰ
ਆਏ ਹਾਏ ਸਦਕੇ ਜੀ ਯਸ਼ਦਾ ਦਿਆ ਉਧਰ ਅੱਲਾ ਦਿੱਤਾ ਸੱਪਾਂ ਵਾਲਾ ਬਿਲਕੁਲ ਤਿਆਰ ਬਰ ਤਿਆਰ ਕਬੱਡੀ ਪਾਉਣ ਵਾਸਤੇ ਉੱਚਾ ਲੰਮਾ ਕੱਦ ਕੇ ਭਾਵੇਂ ਲੱਖ ਦਲੀਲਾਂ ਵੱਜਣ ਮੈਂ ਨਹੀਂ ਮੰਨਦਾ ਹੋਵੇ ਸੱਪ ਤੇ ਹੋਵੇ ਸੱਜਣ ਮੈਂ ਨਹੀਂ ਮੰਨਦਾ ਪਰ ਮੁੰਡਾ ਕਹਿੰਦਾ ਮਨਾਵਾਂਗਾ ਸੱਪਾਂ ਵਾਲੇ ਨੂੰ ਕਹਿੰਦਾ ਰਾਜੀ ਕਰਾਂਗਾ ਸੱਪਾਂ ਵਾਲੇ ਨੂੰ ਜਾਫੀ ਕਹਿੰਦਾ ਘੜੀ ਦੀਆਂ ਸੂਈਆਂ ਬਰਾਬਰ ਨੇ ਦੋਹਾਂ ਵਾਲੇ ਦੋਹਾਂ ਵਾਸਤੇ ਬਰਾਬਰ ਨੇ ਨੰਬਰ 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 ਰੇਡਰ ਦਾ ਨੰਬਰ ਸੱਪਾਂ ਵਾਲੇ ਦਾ ਅਗਲੀ ਕਬੱਡੀ ਕੌਣ ਪਾਏਗਾ ਅਸਰਾਰ ਸਿਆਲ ਔਰ ਹਾਂਜੀ ਪਹਿਲੇ ਹਾਫ ਦੀ ਖੇਡ ਮੁੱਕੀ 15-26 ਦਾ ਮੁਕਾਬਲਾ ਜੀ ਦੂਸਰੇ ਹਾਫ ਦੀ ਖੇਡ ਨਾਲ ਦੁਬਾਰਾ ਜੁੜਦੇ ਆਪਾਂ ਇਸ ਟਾਈਮ ਲਾਈਵ ਪੰਜਾਬ ਸਟੇਡੀਅਮ ਲਾਹੌਰ ਤੋਂ ਪੰਜਾਬ ਕਬੱਡੀ ਚੈਂਪੀਅਨਸ਼ਿਪ ਦਾ ਮੇਲਾ ਅੱਜ ਪਹਿਲਾ ਦਿਹਾੜ ਪਹਿਲਾ ਦਿਨ ਖੇਡਦਾ ਪੰਜਾਬ ਸਮਰ ਸਪੋਰਟਸ ਫੇਜ਼ 3 ਵਾਲੀਬਾਲ ਔਰ ਹਾਕੀ ਤੋਂ ਬਾਅਦ ਅੱਜ ਕਬੱਡੀ ਦੀ ਬੱਲੇ ਬੱਲੇ ਕਬੱਡੀ ਪਾਉਣ ਵਾਸਤੇ ਕੈਸਰ ਮੁਗਲ ਇਹ ਪੱਟ ਖੜਕਾਉਂਦਾ ਨਾਲੇ ਭੰਗੜੇ ਵੀ ਪਾਉਂਦਾ ਉੱਤੋਂ ਬੁੱਤੀਆਂ 'ਚ ਜਾ ਕੇ ਫਿਰ ਬਾਲਾ ਬੁੱਕਦਾ ਬਾਲਾ ਬੁੱਕਦਾ ਮੁਗਲਾਂ ਦਾ ਪੁੱਤ ਧੱਕੇ ਮਾਰਦਾ ਉਹ ਜਾਂਦਾ ਬਾਜ ਵਾਂਗ ਰਡਾਰੀਆਂ ਮਾਰਦਾ ਮੁਗਲ ਸਦਕੇ ਸਦਕੇ ਨੰਬਰ ਲਾਹੌਰ ਦਾ ਨੰਬਰ ਲਾਹੌਰ ਦਾ ਚੱਲ ਪਈ ਕਾਸ਼ੀ ਪਾ ਕਬੱਡੀ ਕਾਸ਼ਫ ਦੀ ਕਬੱਡੀ ਮੁਸ਼ਕਾ ਜਿਹਾ ਰੰਗ ਮਾਣ ਮੱਤੀਏ ਰੂਪ ਗੁਮਾਨ ਭਰੀਏ ਅਣਖੀਲੀਏ ਸ਼ਹਿਣ ਸ਼ਬੀਲੀਏ ਦੀ ਆਸ਼ਕ ਭੌਰ ਫਕੀਰ ਤੇ ਨਾਗ ਕਾਲੇ ਬਾਜ ਮੰਤਰੋਂ ਮੂਲ ਨਾ ਕੀਲੀਏ ਨੀ ਨੌਜਵਾਨ ਬਲਾਲ ਗੁੱਜਰ ਤੇ ਕਾਸ਼ੀ ਬਲਾਲ ਗੁੱਜਰ ਪਰ ਨੰਬਰ ਮੁਲਤਾਨੀ ਏ ਸ਼ੇਰ ਦਾ ਨੰਬਰ ਸ਼ਹਿਜ਼ਾਦੇ ਮੁਲਤਾਨ ਵਾਲੇ ਦਾ ਕਬੱਡੀ ਪਾਉਣ ਵਾਸਤੇ ਬਿਜਲੀ 1100 ਵੋਲਟ ਲਾਹੌਰ ਸ਼ਹਿਰ ਕੀਤਾ ਰੱਬ ਨੂੰ ਯਾਦ ਬਿਜਲੀ ਸ਼ਕੀਲਾ ਬਿਜਲੀ ਚੱਲ ਪਈ ਬਿਜਲੀ ਆਏ ਉਸਤਾਦ ਨੀ ਗੁੱਜਰ ਵੀ ਵਹਿੰਦਾ ਪਿਆ ਤੈਨੂੰ ਉਸਤਾਦ ਵੀ ਵਹਿੰਦਾ ਪਿਆ ਈ ਡਬਲ ਟੱਚ ਡਬਲ ਟੱਚ ਜੀਓ ਬਿਜਲੀਆ ਉਸਤਾਦ ਹਨੀਫ ਗੁੱਜਰ ਕਬੱਡੀ ਪਾਏਗਾ ਅਸਰਾਰ ਸਿਆਲ ਹਾਂਜੀ ਚੱਲ ਵੀ ਸੁਣਿਆ ਸਿਆਲ ਪੁੱਤ ਅਸਰਾਰ ਸਿਆਲ ਐ ਸ਼ਾਨ ਵਾਇਆ ਮੁੰਡੇ ਦਾ ਸਰੀਰ ਬਿਲਕੁਲ ਰੇਤ ਐ ਕਹਿੰਦੇ ਜਾਫੀ ਜਾਫੀ ਮੁਰੇ ਚਾਰ ਕਮਾਲਾ ਕਰਦੇ ਉਹ ਕਹਿੰਦੇ ਹਲਕਾ ਜਿਹਾ ਮਾਰਿਆ ਟੱਚ ਪਰ ਨੰਬਰ ਨੱਚਦਾ ਟੱਪਦਾ ਹੰਧਿਆਂ ਦੇ ਵਿੱਚ ਇੱਕ ਵਟ ਦਾ ਵਾਧਾ ਕਰ ਗਿਆ ਚੱਲ ਪੀ ਉਸਾਮਾ ਸ਼ਹਿਜ਼ਾਦੇ ਪਾ ਕਬੱਡੀ ਉਸਾਮਾ ਇੱਕ ਵਾਰੀ ਫਿਰ ਅਟੈਕ ਤੇ ਇੱਕ ਵਾਰੀ ਫਿਰ ਹਮਲੇ ਤੇ ਕਹਿੰਦਾ ਇਹਨਾਂ ਵਿੱਚ ਕਿੰਨਾ ਕੁ ਹੌਸਲਾ ਏ ਅੱਜ ਮੈਂ ਜ਼ੋਰ ਤੂਫਾਨਾਂ ਦਾ ਵੇਖ ਲੈਂਦਾ ਹੱਥ ਪੱਟਾਂ ਤੇ ਮਾਰ ਕੇ ਨਿਕਲ ਆਇਆ ਹੁਣ ਮੈਂ ਭਾਰ ਚਟਾਨਾਂ ਦਾ ਵੇਖ ਲੈਂਦਾ ਉਸਾਮਾ ਕਹਿੰਦਾ ਚਟਾਨਾਂ ਦੇ ਭਾਰ ਤੋਲ ਦਿਆਂਗਾ ਨੰਬਰ ਉਸਾਮਾ ਦਾ ਬਹਾਵਲਪੁਰ ਔਰ ਗੁਜਰਾਂਵਾਲਾ ਪਲੀਜ਼ ਬਹਾਵਲਪੁਰ ਔਰ ਗੁਜਰਾਂਵਾਲਾ ਬੋਲਪੁਰ ਤੇ ਚੱਲ ਵੀ ਅਦਨਾਨ ਸੁਣਿਆ ਪਾਖ ਕਬੱਡੀ ਅਦਨਾਨ ਦੀ ਕਬੱਡੀ ਮੁਲਤਾਨ ਨਾਲੋਂ ਪਈ ਹੋਈ ਫਿਰ ਵੇਖਾਂਗੇ ਕਿ ਜਾਫੀ ਕੀ ਕਮਾਲਾ ਕਰਦੇ ਚਾਰ ਜਾਫੀ ਬਿਲਕੁਲ ਤਿਆਰ ਖੜੇ ਲਾਹੌਰ ਦੇ ਵੇਖਾਂਗੇ 500 ਬਾਤੇ ਹੋ ਚੱਕ ਲਿਆ ਪਰ ਨੰਬਰ ਐ ਕਮਾਲਾ ਕਰੀ ਜਾਂਦਾ ਮੁੰਡਾ ਫਿਰ ਲਾ ਲਾ ਕੇ ਲਾ ਲਾ ਕੇ ਲਾ ਲਾ ਕੇ ਮਾਰਦਾ ਪਰ ਨੰਬਰ ਨੰਬਰ ਰੇਡਰ ਦਾ ਚੱਲ ਵੀ ਸੁਣਿਆ ਪਾਖ ਕਬੱਡੀ ਇੱਧਰੋਂ ਲਾਹੌਰ ਵੱਲੋਂ ਫਿਰ ਕੈਸਰ ਮੁਗਲ ਚੱਲ ਵੀ ਕੈਸਰ ਮੁਗਲ ਜਾਫੀ ਲਾ ਕੇ ਮਾਰਿਆ ਔਰ ਨੰਬਰ ਦਾ ਕਰ ਗਿਆ ਇਜ਼ਾਫਾ ਲਾਹੌਰ ਵੱਲੋਂ ਇੱਕ ਪੁਆਇੰਟ ਦਾ ਹੋਰ ਇਜ਼ਾਫਾ ਕਰ ਗਿਆ ਮੁੰਡਾ ਚੱਲ ਵੀ ਅਸਰਾਰ ਸੁਣਿਆ ਪਾਖ ਕਬੱਡੀ ਅਸਰਾਰ ਗੱਡੀ ਤੇਜ਼ ਹੈ ਸ਼ਾਨ ਵਾਜਾ ਮੁੰਡੇ ਦਾ ਸਰੀਰ ਐ ਕਮਾਨ ਨੇ ਤੀਰ ਛੁੱਟੇ ਅਰਗੋ
ਇਸ ਟਾਈਮ ਧਵਾ ਬੋਲਦਾ ਹੋਇਆ ਲਾਹੌਰ ਤੇ ਜਾਫੀ ਮੋਰੇ ਉਹ ਕੰਨੀਆਂ ਵਾਲੇ ਨਾਲ ਟੱਚ ਹੋ ਗਈ ਵੇਖਾਂਗੇ ਯਾਰ ਲੱਗਦੇ ਉਹ ਕਹਿੰਦੇ ਗੱਡੀ ਤੇਜ਼ ਹੈ ਗੱਡੀ ਤੇਜ਼ ਹੈ ਸਦਕੇ ਚੱਲ ਪਏ ਮੁਹੰਮਦ ਖਲੀਲ ਸੁੰਦਰ ਪਿੰਡ ਮੁੰਡੇ ਦਾ ਮੁਲਤਾਨ ਰੋਡ ਲਾਹੌਰ ਕਹਿੰਦੇ ਖੀਲਾ ਸੁੰਦਰੀਆ ਖੀਲਾ ਸੁੰਦਰੀਆ ਪੱਗਾ ਨਸ਼ੋ ਪਿੰਡਾ ਲੁਸ ਲੁਸ ਕਰਦੀ ਜਵਾਨੀ ਏ ਕਬੱਡੀ 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 ਸੁੰਦਰ ਸੁੰਦਰ ਲਾਹੌਰ ਜੀ ਉਹ ਸੁੰਦਰ ਵਾਲਿਆ ਸ਼ਹਿਜ਼ਾਦਿਆ ਬੱਲੇ ਬੱਲੇ ਕਰਾ ਗਈ ਕਬੱਡੀ ਪਾਉਣ ਵਾਸਤੇ ਮੁੰਡਾ ਮੈਦਾਨ ਦੇ ਵਿੱਚ ਅਲੀ ਹੈਦਰ ਚੱਲ ਪਈ ਹੈਦਰ ਪਾ ਕਬੱਡੀ ਜਾਫੀ ਉਹ ਵੇਖ ਮੁੰਡਾ ਉਹ ਵੇਖ ਮੁਹੰਮਦ ਬਲਾਲ ਗੁੱਜਰ 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 ਜੋੜੇ ਤੇ ਕੈਂਚੀ ਤੇ ਗੁੱਜਰ ਘੁੱਟ ਤੇ ਨੌਜਵਾਨ ਹਮਾਇਓ 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 ਪੱਤੋ ਕੀ ਵਾਲਾ ਸ਼ਹਿਜ਼ਾਦਾ ਜੀਓ ਹਮਾਇਓ ਬੱਲੇ ਬੱਲੇ ਕਬੱਡੀ ਪਾਉਣ ਵਾਸਤੇ ਇੱਕ ਵਾਰੀ ਫੇਰ ਮੈਦਾਨ ਦੇ ਵਿੱਚ ਚੱਲ ਪਈ ਸੋਹਣਿਆ ਪਾ ਦੇ ਕਬੱਡੀ ਲਾਹੌਰ ਵੱਲੋਂ ਕਾਸ਼ੀ ਦੀ ਕਬੱਡੀ ਪੈ ਗਈ ਆ ਕਾਸ਼ੀ ਦੀ ਕਬੱਡੀ ਪੈ ਗਈ ਆ ਕਾਸ਼ੀ ਕਹਿੰਦਾ ਨੰਬਰ ਲੈ ਕੇ ਸਕਿੰਟਾਂ 'ਚ ਹੀ ਵਾਪਸ ਆਵਾਂਗਾ ਅਗਲੀ ਕਬੱਡੀ ਕੌਣ ਪਾਏਗਾ ਚੱਲ ਪਏ ਦੌਰਾਨ ਸੋਹਣਿਆ ਪਾਖਾ ਕਬੱਡੀ ਕਿ ਉਹਦੀ ਫਿਤਰਤ ਗੈਰ ਨਾ ਛੱਡੇ ਸੱਜਣ ਹੋ ਕੇ ਵੈਰ ਨਾ ਛੱਡੇ ਸੱਜਣ ਹੋ ਕੇ ਵੈਰ ਨਾ ਛੱਡੇ ਵੇਖਾਂਗੇ ਜਾਫੀ ਕਿਹੜਾ ਮੋੜੇ ਡੱਕ ਪਾਉਂਦਾ ਉਹ ਹਮਾਇਓ ਨੇ ਗਿੱਟਾ ਚੱਕ ਲਿਆ ਟਾਉਣ ਵਾਲਾ ਕੰਮ ਕਰਦਾ ਹੋਇਆ ਐਸੇ ਬੱਲੇ 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 ਐ ਜ਼ੋਰ ਲੱਗਦੇ 30 ਸੈਕਿੰਡ ਦਾ ਸਮਾਂ ਹਮਾਇਓ ਪੱਤੋ ਵਾਲਾ ਹਮਾਇਓ ਪੱਤੋ ਵਾਲਾ ਕਮਾਲਾ ਕਰੀ ਜਾਂਦਾ ਜੱਫੇ ਤੇ ਜੱਫਾ ਲਾਈ ਜਾਂਦਾ ਜੱਫੇ ਤੇ ਜੱਫਾ ਲਾਈ ਜਾਂਦਾ ਚੱਲ ਪਏ ਸੁੰਦਰ ਵਾਲਿਆ ਸ਼ਹਿਜ਼ਾਦਿਆ ਪਾ ਦੇ ਕਬੱਡੀ ਸੁੰਦਰ ਵਾਲਾ ਖੀਲਾ ਪੱਗਾ ਪਿੰਡਾ ਕਬੱਡੀ ਪਾਉਣ ਲਈ ਤਿਆਰ ਕੇ ਸਦਕੇ ਸਦਕੇ ਕੇ ਜ਼ਿੱਦ ਕਰਦਾ ਏ ਨਾ ਨਹੀਂ ਸੁਣਦਾ ਸੋਹਣਾ ਏ ਨਾ ਤਾਂ ਨਹੀਂ ਸੁਣਦਾ ਜੇ ਮੈਂ ਦਿਲ ਦਾ ਹਾਲ ਸੁਣਾਵਾਂ ਦੋ ਲਫਜ਼ਾਂ ਤੋਂ ਗਾਹ ਨਹੀਂ ਸੁਣਦਾ ਖਲੀਲ ਸੁੰਦਰ ਵਾਲਾ ਸੁੰਦਰ ਪਿੰਡ ਮੁੰਡੇ ਦਾ ਡਿਵੀਜ਼ਨ ਲਾਹੌਰ ਜਾਫੀ ਦੇ ਧੱਕੇ ਵਿਹਾਲੀ ਵਾਲੇ ਸ਼ਹਿਜ਼ਾਦੇ ਦੇ ਧੱਕੇ ਗੁੱਟ ਫੜ ਲਿਆ ਕੈਂਚੀ ਮਾਰਦਾ ਪਿਆ ਉਹ ਖੁੱਚ ਤੇ ਅੱਪੜ ਗਿਆ ਜਾਫੀ 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 ਕਹਿੰਦਾ ਨਾ 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 ਭੱਜਣਾ ਜਾਨ ਛਡਾ ਕੇ ਬਹੁਤ ਔਖਾ ਨਾਲ ਡਾਢਿਆਂ ਦੇ ਜਦੋਂ ਮੇਲ ਪੈ ਜੇ ਕੀ ਮਜ਼ਾ ਵਾਲੇ ਬਲ ਬਹਾਵਲਪੁਰ ਤੇ ਮੁਲਤਾਨ ਬਹਾਵਲਪੁਰ ਗੁਜਰਾਂਵਾਲਾ ਨੂੰ ਬਹੁਤ ਰਿਕੁਐਸਟ ਕਰ ਚੁੱਕਿਆ ਕਿ ਪਲੀਜ਼ ਟੀਮਾਂ ਲਾ ਕੇ ਲਿਆਓ ਬਹਾਵਲਪੁਰ ਔਰ ਗੁਜਰਾਂਵਾਲਾ ਸਰ ਪਿੱਛੋਂ ਬਾਰ ਬਾਰ ਇਹੀ ਕਾਲ ਆ ਰਹੀ ਹੈ ਕਮੈਂਟੇਟਰਸ ਨੂੰ ਕਿ ਟੀਮਾਂ ਨੂੰ ਕਾਲ ਕਰੋ ਔਰ ਕਾਇੰਡਲੀ ਤੁਸੀਂ ਐਲਾਨ ਸਾਡੇ ਨਾਲ ਚੱਲਿਆ ਕਰੋ ਟੀਮਾਂ ਲਾ ਕੇ ਲਿਆਓ ਬਹੁਤ ਮਿਹਰਬਾਨੀ ਬਹਾਵਲਪੁਰ ਔਰ ਗੁਜਰਾਂਵਾਲਾ ਹਾਂਜੀ ਬਹਾਵਲਪੁਰ ਔਰ ਗੁਜਰਾਂਵਾਲਾ ਦੋਵੇਂ ਟੀਮਾਂ ਗਰਾਊਂਡ 'ਤੇ ਆ ਜਾਓ ਬੜੀ ਮਿਹਰਬਾਨੀ ਇੱਧਰੋਂ ਫਿਰ ਕਬੱਡੀ ਲਾਹੌਰ ਵੱਲੋਂ ਪਾਈ ਹੋਈ ਮੁੰਡੇ ਦੀ ਇਸ ਟਾਈਮ ਉਹ ਕਹਿੰਦੇ ਫਿਰ ਨੰਬਰ ਦਾ ਇਜ਼ਾਫਾ ਕਰ ਗਿਆ ਫਿਰ ਮੁੰਡਾ ਨੰਬਰ ਦਾ ਇਜ਼ਾਫਾ ਕਰ ਗਿਆ ਚੱਲ ਵੀ ਸੁਣਿਆ ਇੱਧਰੋਂ ਫਿਰ ਕਹਿੰਦੇ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਆਗਾ ਬਲ ਵੱਧਦਾ ਹੋਇਆ ਮੁਲਤਾਨ ਦਾ ਚਾਰ ਜਾਫੀਆਂ ਤੇ ਬੋਲਦਾ ਹੋਇਆ ਧਾਵਾ ਇੱਕ ਨੀ ਦੋ ਨੀ ਅਸੀਂ ਹੈ ਭਰਾ ਚਾਰ ਜਿਹਨੂੰ ਤੇਰਾ ਦਿਲ ਹੀ ਉਹਨੂੰ ਟੱਚ ਮਾਰ ਬਲਾਲ ਬਲਾਲ ਇਹ ਕਮਾਲ ਕਰੀ ਜਾਂਦਾ ਮੁੰਡਾ ਬਲਾਲ ਪਰ ਨੰਬਰ ਫਿਰ ਕਹਿੰਦੇ ਇਸ ਟਾਈਮ ਮੈਂ ਮੁਲਤਾਨ ਦੇ ਖਾਤੇ ਜੁੜ ਗਿਆ ਚੱਲ ਵੀ ਸੁਣਿਆ ਇੱਧਰ ਫਿਰ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਲਾਹੌਰ ਵੱਲੋਂ ਨਿਕਲਿਆ ਹੋਇਆ ਚਾਰ ਜਾਫੀਆਂ ਤੇ ਬੋਲਦਾ ਹੋਇਆ ਤਾਵਾ ਖੀਲਾ ਸੁੰਦਰੀਆ ਖੀਲਾ ਸੁੰਦਰੀਆ ਉੱਧਰ ਕਹਿੰਦੇ
ਡਬਲ ਟੱਚ ਨੰਬਰ ਕਹਿੰਦੇ ਖੇਲਾ ਸੁੰਦਰੀਆ ਹਿੱਕ ਦੀ ਜੋੜ ਦੇ ਪਾਣ ਦਾ ਵਾਧਾ ਕਰ ਗਿਆ। ਚੱਲ ਵੀ ਸੁਣਿਆ ਮੁਲਤਾਨ ਦਿਆ ਸ਼ਹਿਜ਼ਾਦਾ ਇਸ ਸਮੇਂ ਅਦਨਾਨ ਅਧਾਨਾ ਮੁੰਡੇ ਨੂੰ ਕਹਿੰਦੇ ਅਦਨਾਨ ਦੀ ਪਈ ਹੋਈ ਰੇਡ ਮੁਲਤਾਨ ਵੱਲੋਂ ਜਾਫੀ ਮੋਰੇ ਚਾਰ ਖੜੇ ਬਿਲਕੁਲ ਤਿਆਰ ਖੜੇ ਹੈ ਵੇਖਾਂਗੇ ਕਿੰਨਾ ਟੱਚ ਹੁੰਦੀ ਹੈ ਡਬਲ ਟੱਚ ਦਾ ਇਸ਼ਾਰਾ ਨੰਬਰ ਮੁਲਤਾਨ ਦੇ ਖਾਤੇ ਨੰਬਰ ਮੁਲਤਾਨ ਦੇ ਖਾਤੇ। ਚੱਲ ਵੀ ਸੱਪਾ ਲਿਆ ਸੁਣਿਆ ਪਾਖਾ ਕਬੱਡੀ ਇੱਧਰੋਂ ਫਿਰ ਮੁੰਡਾ ਸੱਪਾ ਵਾਲਾ ਸੱਪਾ ਵਾਲਾ ਚੱਲ ਵੀ ਸੱਪਾ ਲਿਆ ਇਸ ਸਮੇਂ ਛੇ ਫੁੱਟੀਆ ਗੱਭਰੂ ਲਾਹੌਰ ਦਾ ਐਦਾਵਾ ਬੋਲਦਾ ਹੋਇਆ ਸੱਪਾ ਵਾਲਾ ਕਹਿੰਦੇ ਮੁੰਡੇ ਨੂੰ ਚਾਰ ਜਾਫੀਆਂ ਤੇ ਇਸ ਸਮੇਂ ਵੇਖਾਂਗੇ ਕਿਹੜਾ ਵੱਧ ਕੇ ਜੋਗੀ ਡੱਗ ਪਾਉਂਦਾ ਦੋ ਨੰਬਰ ਤੋਂ ਮੁੰਡਾ ਲੱਗਾ ਹੈ ਡੱਗ ਪਾਉਣ ਦੀ ਕੋਸ਼ਿਸ਼ ਕਰਦਾ ਹੈ ਬੱਲੇ ਬੱਲੇ ਹੁੰਦੀ ਹੋਈ ਉਖਰੇ ਪੈਰ ਹੁਣ ਨੰਬਰ ਇੱਕ ਦੀ ਜੋੜ ਤੇ ਸੱਪਾ ਵਾਲਾ ਵਾਧਾ ਕਰ ਗਿਆ ਨੰਬਰ ਪੁਆਇੰਟ ਦਾ ਵਾਧਾ ਕਰ ਗਿਆ ਨੰਬਰ ਪੁਆਇੰਟ ਦਾ ਵਾਧਾ ਕਰ ਗਿਆ ਜੀ। ਨੈਕਸਟ ਮੈਚ ਵਾਸਤੇ ਮੁਲਤਾਨ ਬਹਾਵਲਪੁਰ ਔਰ ਗੁਜਰਾਂਵਾਲਾ ਦੋਹੇ ਟੀਮਾਂ ਰੈਡੀ ਹੋ ਕੇ ਬਿਲਕੁਲ ਗਰਾਊਂਡ ਦੇ ਕਰੀਬ ਆ ਜਾਣ। ਸਰ ਗੁਜਰਾਂਵਾਲਾ ਤੱਕ ਮੇਰੀ ਆਵਾਜ਼ ਜਾ ਰਹੀ ਹੈ ਤੇ ਬਹਾਵਲਪੁਰ ਤੱਕ ਵੀ ਜਾ ਰਹੀ ਹੋਏਗੀ ਯਕੀਨਨ। ਪਲੀਜ਼ ਦੋਵੇਂ ਟੀਮਾਂ ਬਿਲਕੁਲ ਕਰੀਬ ਆ ਜਾਣ। ਕੁਝ ਨਾ ਲੱਭਣ ਡੇ ਮੈਨੂੰ ਜੀ ਮੈਂ ਬਹੁਤ ਕੋਸ਼ਿਸ਼ ਕਰਨ ਡਿਆ ਜੀ। ਚੱਲ ਪਈ ਮੁਹੰਮਦ ਖਲੀਲ ਸੁੰਦਰ ਵਾਲਾ ਇੱਕ ਵਾਰੀ ਫਿਰ ਖੀਲਾ ਸੁੰਦਰੀਆ ਮੁਲਤਾਨ ਰੋਡ ਲਾਹੌਰ ਡਿਵੀਜ਼ਨ ਲਾਹੌਰ ਖਾਲਦ ਘੁੰਮਣ ਸਾਹਿਬ ਦਾ ਥਾਪੜਾ ਲੱਗਣਾ ਪਤਾ ਜੋੜ ਧੱਕੇ ਉਹ ਮੁੰਡੇ ਨੇ ਗੁੱਟ ਫੜਨ ਦੀ ਕੋਸ਼ਿਸ਼ ਇਹ ਲੱਗਣਾ ਪਤਾ ਰਾਹ ਮਲ ਗਿਆ ਡੱਕ ਗਿਆ ਅੱਤ ਕਰਾ ਗਿਆ ਸਿਰਾ ਜੋਰ ਕਮਾਲ ਧੱਕਾ ਹੰਦੇ ਨੇੜੇ ਨੰਬਰ 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 ਰੇਡਰ ਦੇ ਖਾਤੇ ਮਨਸ਼ਾ ਕਰੀਮ ਸਾਹਿਬ ਦਾ ਇਸ਼ਾਰਾ ਨੰਬਰ ਖਲੀਲ ਸੁੰਦਰੀਏ ਦਾ ਕਬੱਡੀ ਪਾਉਣ ਵਾਸਤੇ ਕਰੀ ਫਿਰ ਮੁਹੰਮਦ ਕਾਸ਼ਿਫ। ਚੱਲ ਵੀ ਕਾਸ਼ਿਫ ਸੁਣਿਆ ਪਾਖ ਕਬੱਡੀ ਇਸ ਟਾਈਮ ਪੋਲੇ ਪੋਲੇ ਪੱਬ ਤਰਦਾ ਹੋਇਆ ਮੁੰਡਾ ਕਾਸ਼ਿਫ ਮੁਲਤਾਨ ਦੀ ਧਰਤੀ ਜਾਫੀ ਮੋਰੇ ਚਾਰ ਲਾਹੌਰ ਦੇ ਖੜੇ ਦੋ ਨੰਬਰ ਤੋਂ ਟੱਚ ਮਾਰਿਆ ਮੁੰਡੇ ਨੇ ਇਸ ਟਾਈਮ ਮੋਰੇ ਹੋ ਕੇ ਡੱਗ ਪਾਉਣ ਦੀ ਕੋਸ਼ਿਸ਼ ਕਰਦਾ ਔਰ ਨੰਬਰ ਮੁਲਤਾਨ ਦੇ ਖਾਤੇ ਉਂਗਲੀ ਖੜੀ ਮੁੰਡੇ ਦੀ ਜੀ। ਮੁਹੰਮਦ ਅਸ਼ਰਫ ਗੋਂਦਲ ਸਾਹਿਬ ਸਰ ਮੈਚ ਖਤਮ ਹੋ ਰਿਹਾ ਪਲੀਜ਼ ਟੀਮ ਆ ਜੇ ਮੈਚ ਮੁੱਕਦਾ ਪਿਆ ਵਾ ਮੈਚ ਬਿਲਕੁਲ ਆਖਰੀ ਮਿੰਟਾਂ 'ਤੇ ਆ ਵੇਲੇ ਦਾ ਨਾਸ ਕੀਤੀਆਂ ਬਗੈਰ ਟੀਮ ਫਟਾਫਟ ਗਰਾਊਂਡ 'ਚ ਆ ਜੇ। ਉਹ ਭਾਈ ਢੋਲ ਵਾਲਿਓ ਤੁਸੀਂ ਕੀ ਬਦਲ ਗਏ ਉਹ ਕਮਲਿਓ ਭਾਈ ਢੋਲ ਵਜਾਉਣਾ ਅਜੇ ਢੋਲ ਟਾਈਮ ਆਊਟ ਹੈ ਟਾਈਮ ਆਊਟ ਲਿਆ ਦੋ ਮਿੰਟ ਦਾ ਟਾਈਮ ਆਊਟ ਹੈ ਤੁਹਾਡਾ ਸਲਾਮਤ ਰੱਖ ਅੱਲਾ ਪਾਕ ਰੱਖੇ ਇਹ ਆਰਟਿਸਟ ਲੋਕ ਨੇ ਯਾਰ ਅੱਲਾ ਪਾਕ ਉਹਨੂੰ ਸਲਾਮਤ ਰੱਖੇ। ਚੱਲ ਵੀ ਖੇਲਾ ਸੁੰਦਰੀਆ ਅਗਾ ਬਲ ਵੱਧਦਾ ਹੋਇਆ ਚਾਰ ਜਾਫੀਆਂ ਤੇ ਬੋਲਦਾ ਹੋਇਆ ਢਾਬਾ ਚੱਲ ਵੀ ਖੇਲਾ ਸੁੰਦਰੀਆ ਵੇਖਾਂਗੇ ਜਾਫੀ ਕਿਹੜਾ ਡੱਗ ਪਾਊਗਾ ਖੇਲੇ ਸੁੰਦਰੀਆ ਨੂੰ ਬੱਲੇ ਬੱਲੇ ਕਰਾਉਂਦਾ ਹੋਇਆ ਉਹ ਜਾਫੀ ਕਿਹੜਾ ਮੁੜੇ ਡੱਕ ਪਾਉਂਦਾ ਦੋ ਨੰਬਰ ਨਾਲ ਟੱਕਰ ਹੋਈ ਮੁੜੇ ਦੀ ਇਹ ਹਾਣੀ ਬਾਹਰ ਕੱਢ ਲਿਆ ਬਿਲਕੁਲ ਦੇਖਾਂਗੇ ਜ਼ੋਰ ਲੱਗਦੇ ਉਹ ਜ਼ੋਰ ਲੱਗਦੇ ਹੋਏ ਪਰ ਨੰਬਰ ਖੇਲਾ ਸੁੰਦਰੀਆ ਹਿੱਕ ਦੀ ਜ਼ੋਰ ਦੇ ਪਾਠ ਦਾ ਵਾਧਾ ਕਰ ਗਿਆ। ਚੱਲ ਵੀ ਸੁਣਿਆ ਪਾਖ ਕਬੱਡੀ ਇੱਧਰੋਂ ਫਿਰ ਕਹਿੰਦੇ ਸਿਆਲ ਅਸਰਾਰ ਸਿਆਲ ਦੀ ਕਬੱਡੀ ਮੁਲਤਾਨ ਵੱਲੋਂ ਪਈ ਹੋਈ ਕਬੱਡੀ ਮੁੰਡੇ ਦੀ ਜਾਫੀ ਲਾਹੌਰ ਦੇ ਚਾਰ ਮੋਰੇ ਲਾਏ ਹੋਏ ਆ ਵੇਖਾਂਗੇ ਟੱਚ ਕਿਦਾਂ ਹੁੰਦੀ 30 ਸੈਕਿੰਡ ਦਾ ਸਮਾਂ ਇੱਥੇ ਬੀਤੇਗਾ ਸੂਈਆਂ ਘੜੀ ਦੀਆਂ ਟਿਕ ਟਿਕ ਕਰਦੀਆਂ ਹੋਈਆਂ ਕਿਹੜਾ ਵੱਧ ਕੇ ਡੱਕ ਪਾਉਂਦਾ ਇਸ ਮੁੰਡੇ ਨੂੰ ਉਧਰੋਂ
ਜੀ ਸਰ ਰਿਆਸਤ ਦੀ ਟੀਮ 'ਤੇ ਪਹੁੰਚ ਗੁਜਰਾਂਵਾਲਾ ਵੀ ਆ ਗਿਆ, ਸ਼ੁਕਰ ਹੈ ਜੀ, ਆ ਗਏ ਸਾਹਮਣੇ। ਅਸ਼ਰਫ ਗੋਂਦਲ ਸਾਹਿਬ ਦੀ ਖੁਸ਼ਬੂ ਆਈ ਹੈ ਮੈਨੂੰ, ਮੈਨੂੰ ਜਾਪਦਾ ਪਿਆ ਕਿ ਟੀਮ ਬਿਲਕੁਲ ਨਜ਼ਦੀਕ ਅੱਪੜ ਗਈ, ਮਾਸ਼ਾਅੱਲਾ ਜੀ। ਔਰ ਰਿਆਸਤ ਦੀ ਟੀਮ ਬਹਾਵਲਪੁਰ ਡਿਵੀਜ਼ਨ ਦੀ ਟੀਮ ਗਰਾਊਂਡ ਦੇ ਬਿਲਕੁਲ ਨੇੜੇ ਲੱਗੀ ਹੋਈ ਆ, ਮੈਚ ਮੁੱਕਦਾ ਪਿਆ ਦੇ ਨਾਲ। ਇਸ ਤੋਂ ਬਾਅਦ ਪੰਜਾਬ ਦੀਆਂ ਦੋ ਮੰਦੀਆਂ ਪਰਮੰਦੀਆਂ ਡਿਵੀਜ਼ਨਾਂ, ਡਿਵੀਜ਼ਨ ਗੁਜਰਾਂਵਾਲਾ ਔਰ ਡਿਵੀਜ਼ਨ ਬਹਾਵਲਪੁਰ ਹੋਣਗੀਆਂ ਮੱਦੇ ਮੁਕਾਬਲ ਜੀ। ਇੱਧਰ ਕਬੱਡੀ ਵੇਖਦੇ ਹਾਂ ਆਪਾਂ ਇੱਕ ਵਾਰੀ ਫਿਰ, ਅੱਲਾ ਦਿੱਤਾ ਸੱਪਾਂ ਵਾਲਾ ਧੱਕੇ ਮਾਰਦਾ ਪਿਆ, ਸੱਪ 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 ਅੱਲਾ ਦਿੱਤਾ ਸੱਪ, ਓ ਸਦਕੇ ਸੱਪ ਸਿਰੀਆਂ ਨੂੰ ਜਾਂਦਾ। ਚੱਲ ਵੀ ਸੁਣਿਆ ਬਾਖਾ ਕਬੱਡੀ, ਇੱਧਰੋਂ ਫਿਰ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਮੁਲਤਾਨ ਦਾ ਅਗਾ ਬਲ ਬੱਦਾ ਹੋਇਆ ਜਾਫੀ, ਵੇਖਾਂਗੇ ਡੱਕ ਪਾਉਂਦਾ ਐ ਕਬਾਲਾ ਕਰਦਾ ਪਰ ਨੰਬਰ ਫਿਰ ਕਹਿੰਦੇ ਰੇਡਰ ਦੇ ਖਾਤੇ। ਚੱਲ ਵੀ ਸੁੰਦਰੀਆ ਸੁਣਿਆ ਪਾਖਾ ਕਬੱਡੀ, ਉਹ ਫਿਰ ਸੁੰਦਰੀਆ ਦੀ ਕਬੱਡੀ ਪੈ ਗਈ ਜੀ। ਚੱਲ ਵੀ ਜਵਾਨਾ ਲੱਗੇ ਨਾ ਹੁਣ ਕੰਡ ਜਵਾਨਾ, ਕਿ ਪਲਟਾ ਸੋਹਣਿਆ ਇੰਜਦਾ ਮਾਰੀ ਪਏ ਮੈਦਾਨੇ ਡੰਡ ਜਵਾਨਾ, ਪਏ ਮੈਦਾਨੇ ਡੰਡ ਜਵਾਨਾ। ਸੁੰਦਰੀਆ ਵੇਖਾਂਗੇ ਜਾਫੀ ਕੱਢ ਲਿਆ ਮੋਰੇ ਐ ਸੁੰਦਰੀਆ, ਉਖਰੇ ਪੈਰ ਮੁੜਦੇ ਉਹ ਕਹਿੰਦਾ ਨੱਚਦਾ ਟੱਪਦਾ ਹੰਨਿਆਂ ਦੇ ਵਿੱਚ। ਇੱਕ ਪੁਆਇੰਟ ਦਾ ਇਜ਼ਾਫਾ ਕਰ ਗਿਆ, ਇੱਕ ਪੁਆਇੰਟ ਦਾ ਫਿਰ ਇਜ਼ਾਫਾ ਕਰ ਗਿਆ। ਚੱਲ ਵੀ ਸੋਹਣਿਆ ਤਕਰੀਬਨ ਆਖਰੀ ਮਿੰਟ ਦੀ ਖੇਡ ਚੱਲਦੀ ਪਈ, ਕਿਉਂਕਿ ਪੁਆਇੰਟ ਪੋਜੀਸ਼ਨ ਦੱਸਦੀ ਪਈ ਹੈ ਕਿ ਇੱਕ ਅੱਧੇ ਮਿੰਟ ਦੀ ਖੇਡ ਬਕਾਇਆ, ਕਿਸੇ ਟਾਈਮ ਵੀ ਮੈਚ ਦਾ ਫੈਸਲਾ ਹੋ ਸਕਦਾ। ਔਰ ਮੈਚ ਖਤਮ ਹੁੰਦਿਆਂ ਹੀ ਮੈਂ ਗੁਜ਼ਾਰਿਸ਼ ਕਰਾਂਗਾ ਸਾਰੇ ਖਿਡਾਰੀ ਗਰਾਊਂਡ 'ਚੋਂ ਬਾਹਰ ਜਾਣਗੇ, ਨਾਲ ਹੀ ਨੈਕਸਟ ਮੈਚ ਸਟਾਰਟ ਕੀਤਾ ਜਾਏਗਾ ਬਹਾਵਲਪੁਰ, ਉਸ ਤੋਂ ਬਾਅਦ ਸਾਹੀਵਾਲ ਔਰ ਰਾਵਲਪਿੰਡੀ ਦੀ ਟੀਮ ਰੈਡੀ ਰਹੇ। ਸਾਹੀਵਾਲ ਔਰ ਰਾਵਲਪਿੰਡੀ, ਸਾਹੀਵਾਲ ਰਾਵਲਪਿੰਡੀ। ਚੱਲ ਵੀ ਸੁਣਿਆ ਅੱਲਾ ਦਿੱਤਾ ਸੱਪਾਂ ਵਾਲਾ, ਇੱਕ ਵਾਰੀ ਫਿਰ ਤਾਂ ਵਾ ਬੋਲਦਾ ਹੋਇਆ ਜਾਫੀਆਂ ਦੇ, ਜਾਫੀ ਮੋਰੇ ਕੱਢ ਲਿਆ ਮੁਲਤਾਨ ਦਾ, ਵੇਖਾਂਗੇ ਇੱਧਰ ਜ਼ੋਰ ਲੱਗਦੇ ਪਏ ਸੱਪਾਂ ਵਾਲਾ ਨੱਚਦਾ ਟੱਪਦਾ ਹੰਨਿਆਂ ਦੇ ਵਿੱਚ, ਇੱਕ ਬੜ ਦਾ ਹੋਰ ਇਜ਼ਾਫਾ ਕਰ ਗਿਆ। ਚੱਲ ਵੀ ਸੁਣਿਆ ਪਾਖਾ ਕਬੱਡੀ, ਇੱਧਰੋਂ ਫਿਰ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਮੁਲਤਾਨ ਦਾ ਵੱਧਦਾ ਹੋਇਆ ਜਾਫੀ ਮੋਰੇ, ਲਾਹੌਰ ਦੇ ਚਾਰ ਲਾਏ ਹੋਏ ਉਹ ਇੱਧਰੋਂ ਕਹਿੰਦੇ ਇੱਕ ਦੋ ਤਿੰਨ, ਜਿਹੜੇ ਦੋ ਖੜੇ ਉਹ ਵੀ ਪੈ ਜਾਓ, ਮੁੰਡਾ ਸੋਹਣਾ ਤਾਂ ਦੋ ਦੋ ਤਿੰਨ ਤਿੰਨ ਬਹਿੰਦੇ ਹੈ, ਮੁੰਡਾ ਸੋਹਣਾ ਤਾਂ ਦੋ ਦੋ ਤਿੰਨ ਤਿੰਨ ਬਹਿੰਦੇ ਹੈ। ਹੁਣ ਨੰਬਰ ਦਾ ਕਰ ਗਿਆ ਇਜ਼ਾਫਾ। ਚੱਲ ਵੀ ਸੁੰਦਰੀਆ ਸੁਣਿਆ ਪਾਖਾ ਕਬੱਡੀ, ਇੱਧਰੋਂ ਫਿਰ ਸੁੰਦਰੀਆ ਦੀ ਕਬੱਡੀ ਪੈ ਗਈ। ਚੱਲ ਵੀ ਸੁਣਿਆ ਇੱਧਰੋਂ ਫਿਰ ਲਾਹੌਰ ਵੱਲੋਂ ਸੁੰਦਰੀਆ ਬਿਲਕੁਲ ਕਮਾਲਾ ਕਰੀ ਜਾਏਗਾ, ਇਹ ਕਹਿੰਦੇ ਜਾਫੀ ਮੋਰੇ ਲੱਗ ਗਿਆ ਇੱਧਰ ਔਰ ਲੱਗਦੇ ਪੱਲੇ ਪੱਲੇ ਹੁੰਦੀ ਬੱਜ ਗਈ ਕੈਂਚੀ, ਹੰਨੇ ਦੂਰ ਕਰਦਾ ਹੋਇਆ ਮੁੰਡਾ ਔਰ ਲੱਗਦੇ ਸੂਈਆਂ ਕੜੀ ਦੀਆਂ ਟਿਕ 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 ਕਰਦੀਆਂ ਹੋਈਆਂ ਕੱਢ ਕੇ ਬਾਹਰ ਮਾਰਿਆ ਨੰਬਰ ਮੁਲਤਾਨ ਦੇ ਖਾਤੇ, ਨੰਬਰ ਮੁਲਤਾਨ ਦੇ ਖਾਤੇ। 27-43 ਦਾ ਮੁਕਾਬਲਾ ਚੱਲਦਾ ਹੋਇਆ। ਚੱਲ ਵੀ ਸੁਣਿਆ ਅਸਰਾਰ ਸਿਆਲ, ਇਸ ਸਮੇਂ ਫਿਰ ਕਬੱਡੀ ਅਸਰਾਰ ਸਿਆਲ, ਹਲਕਾ ਜਿਹਾ ਮਾਰਿਆ ਟੱਚ, ਪੈਰ ਤਿਲਕਦੇ ਹੋਏ ਮੁੰਡੇ ਉਖੜਦੇ ਹੋਏ ਪੈਰ, ਪਰ ਨੰਬਰ ਅਸਰਾਰ ਸਿਆਲ ਅਕਮਲ ਸ਼ਜ਼ਾ ਡੋਗਰ ਵਰਗੋਂ ਐ ਕਹਿੰਦੇ ਵੱਧ ਵੱਧ ਕੇ ਕਬੱਡੀਆਂ ਪਾਉਂਦਾ। ਇੱਧਰੋਂ ਫਿਰ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਅੱਲਾ ਤਾਂ ਸੱਪਾਂ ਵਾਲਾ, 6 ਫੁੱਟੀਆ ਗੱਭਰੂ ਲਾਹੌਰ ਵੱਲੋਂ ਪਾਈ ਹੋਈ ਰੇਡ ਮੁੰਡੇ ਦੀ, ਜਾਫੀ ਮੋਰੇ ਚਾਰ ਖੜੇ, ਵੇਖਾਂਗੇ ਕਿਹੜਾ ਡੱਕ ਪਾਊਗਾ, ਦੋ ਨੰਬਰ ਨਾਲ ਟੱਕਰ ਹੋਈ ਮੁੰਡੇ ਦੀ। ਔਰ ਨੰਬਰ ਅੱਲਾ ਤਾਂ ਸੱਪਾਂ ਵਾਲਾ ਕਮਾਲਾ ਕਰੀ ਜਾਂਦਾ, ਐਂ ਕਹਿੰਦੇ ਨੰਬਰ ਦਾ ਇਜ਼ਾਫਾ ਕਰ ਗਿਆ। ਚੱਲ ਵੀ ਸੁਣਿਆ ਪਾਖਾ ਕਬੱਡੀ,
ਇਧਰੋਂ ਫਿਰ ਕਬੱਡੀ ਪਾਉਣ ਦੇ ਪਾਸੇ ਮੁੰਡਾ ਮਲਤਾਲ ਲੱਲੋ ਪਾਈ ਹੋਈ ਕਬੱਡੀ ਗੋੜਾ ਰਿਸ਼ੋ ਮੁੰਡੇ ਦਾ ਰੰਗ ਹੈ ਐਂ ਕਹਿੰਦੇ ਮੱਖੀ ਨਹੀਂ ਬਹਿਣ ਦਿੰਦਾ ਮੁੰਡਾ ਪਿੰਡ ਦੇ ਮੋਹਰੇ ਜਾਫੀ ਚਾਰ ਲਾਏ ਹੋਏ ਹਲਕਾ ਜਿਹਾ ਮਾਰਿਆ ਟੱਚ ਆ ਨੰਬਰ ਮਲਤਾਲ ਦੇ ਖਾਤੇ ਇੱਕ ਪੁਆਇੰਟ ਦਾ ਹੋਰ ਇਜ਼ਾਫਾ ਕਰ ਗਿਆ ਇੱਕ ਪੁਆਇੰਟ ਦਾ ਹੋਰ ਇਜ਼ਾਫਾ ਕਰ ਗਿਆ ਜੀ ਕਬੱਡੀ ਪਾਉਣ ਵਾਸਤੇ ਮੁਹੰਮਦ ਸ਼ਕੀਲ ਲਾੜਨਾ ਕਹਿੰਦੇ ਸ਼ਕੀਲਾ ਬਿਜਲੀ ਬਿਜਲੀ ਚੱਲ ਪਈ ਬਿਜਲੀ ਆ ਪਾ ਕਬੱਡੀ ਆਹ ਲੱਗਣਾ ਪਤਾ ਇੱਥੇ ਇੱਥੇ ਜਾਫੀ ਰਾਹ ਮੱਲਣ ਦੀ ਕੋਸ਼ਿਸ਼ ਕਰਦਾ ਪਿਆ ਪਰ ਬਿਜਲੀ ਕਰੰਟ ਪੂਰੇ ਨੇ ਪੂਰਾ ਤਿਲਕਦਾ ਪਿਆ ਜੁੱਸਾ ਜੁੱਸਾ ਸਦਕੇ ਯੋਰ ਇੱਕ ਨੰਬਰ ਬਿਜਲੀ ਦਾ ਨੰਬਰ ਬਿਜਲੀ ਦਾ ਔਰ ਕਿਸੇ ਟਾਈਮ ਵੀ ਮੈਚ ਦੀ ਫਿਨਿਸ਼ ਵਿਸਲ ਵੱਜ ਸਕਦੀ ਹੈ ਇਖਤਤਾਮੀ ਵਿਸਲ ਵੱਜ ਸਕਦੀ ਹੈ ਕਿਸੇ ਟਾਈਮ ਵੀ ਕਬੱਡੀ ਪਾਉਣ ਵਾਸਤੇ ਨੌਜਵਾਨ ਆਬਦ ਹੁਸੈਨ ਗੁਜਰਾਂਵਾਲਾ ਔਰ ਬਹਾਵਲਪੁਰ ਬਿਲਕੁਲ ਰੈਡੀ ਬਿਲਕੁਲ ਤਿਆਰ ਸਾਰੀ ਟੀਮ ਲਿਆਓ ਗੁਜਰਾਂਵਾਲੇ ਦੀ ਪਲੀਜ਼ ਚੱਲ ਪੀ ਪੱਤੋ ਵਾਲਾ ਸ਼ਹਿਜ਼ਾਦਾ ਹਮਾਇਓ 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 ਚੱਲ ਵੀ ਸੁਣਿਆ ਪਾਖਾ ਕਬੱਡੀ ਇੱਧਰੋਂ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਅਗਵਲ ਬੱਧਾ ਹੋਇਆ ਲਾ ਦਿੱਤਾ ਸੱਪਾ ਲਾ 27-43 ਦਾ ਮੁਕਾਬਲਾ ਚੱਲਦਾ ਹੋਇਆ ਲਾਹੌਰ ਦੇ ਨੰਬਰ 43 ਮੁਲਤਾਨ ਦੇ ਨੰਬਰ 27 ਇੱਧਰੋਂ ਉੱਖੜਦੇ ਹੋਏ ਪੈਰ ਸੱਪਾ ਵਾਲੇ ਦੇ ਪਰ ਨੰਬਰ ਸੱਪਾ ਵਾਲਾ ਉਹ ਕਹਿੰਦੇ ਖੈਬ ਖੈਬ ਦੀ ਚੱਲਦੀ ਹੈ ਐਸ਼ ਹਾਰੇ ਕਰਦਾ ਮੁੰਡਾ ਹਿੱਕ ਦੀ ਜ਼ੋਰ ਦੇ ਪੁਆਇੰਟ ਦਾ ਵਾਧਾ ਕਰ ਗਿਆ ਹਿੱਕ ਦੀ ਜ਼ੋਰ ਦੇ ਪੁਆਇੰਟ ਦਾ ਵਾਧਾ ਕਰ ਗਿਆ ਔਰ ਨੰਬਰ ਇਸ ਟਾਈਮ 43-27 ਸਕਰੀਨ 'ਤੇ ਨਜ਼ਰ ਆਉਂਦੇ ਹੋਏ ਇੱਧਰੋਂ ਫਿਰ ਕਬੱਡੀ ਬਿਲਕੁਲ ਤਿਆਰ ਮੁੰਡਾ ਮੁਲਤਾਨ ਵੱਲੋਂ ਪਾਈ ਹੋਈ ਮੁੰਡੇ ਦੀ ਕਬੱਡੀ ਅਫਜ਼ਾਲ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ ਅਫਜ਼ਾਲ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ ਨਵੀਸ ਸਾਜੇ ਚੌਧਰੀ ਸਾਹਿਬ ਆ ਕੀ ਬਲਾਲ ਗੁੱਜਰ ਬਲਾਲ ਗੁੱਜਰ ਲਾਹੌਰ ਦਾ ਸ਼ਹਿਜ਼ਾਦਾ ਉਹ ਲੱਕ ਤੇ ਚੜ੍ਹਾਈਆਂ ਉਹ ਚੱਕੇ ਜਾਮ ਉਹ ਜਿੰਦਾ ਅਲਫੀਆਂ ਚਾਬੀਆਂ ਰਾਵੀ ਚ ਸਦਕੇ ਸਦਕੇ ਨੰਬਰ ਜਾਫੀ ਦਾ ਨੰਬਰ ਜਾਫੀ ਦਾ ਮੁੰਚਾ ਸਾਹਿਬ ਨੰਬਰ ਵਾਲਾ ਕਿੱਧਰ ਚਲੇ ਗਿਆ ਨੰਬਰ ਹੀ ਨਹੀਂ ਵਧਣ ਦੇ ਭਾਜੀ ਚੱਲ ਵੀ ਸੁਣਿਆ ਸੁੰਦਰਿਆ ਪਾਖ ਕਬੱਡੀ ਇਸ ਟਾਈਮ ਕਬੱਡੀ ਪਾਉਣ ਦੇ ਪਾਸੇ ਮੁੰਡਾ ਫਿਰ ਲਾਹੌਰ ਵੱਲੋਂ ਧਾਵਾ ਬੋਲਦਾ ਹੋਇਆ ਚਾਰ ਜਾਫੀਆਂ ਦੇ ਮੁਲਤਾਨ ਦੇ ਚਾਰ ਸ਼ੇਰ ਮੋਰੇ ਖੜੇ ਵੇਖਾਂਗੇ ਕਿਹੜਾ ਵੱਧ ਕੇ ਡੱਕ ਪਾਊਗਾ ਇਸ ਗੱਭਰੂ ਨੌਜਵਾਨ ਨੂੰ ਇੱਧਰ ਵੀ ਦੋ ਦੋ ਤਿੰਨ ਤਿੰਨ ਚਾਰ ਚਾਰ ਪੈਂਦੇ ਨੰਬਰ ਇੱਕ ਦੀ ਜ਼ੋਰ ਦੇ ਲਾਹੌਰ ਦੇ ਖਾਤੇ ਜੁੜ ਗਿਆ ਨੰਬਰ ਲਾਹੌਰ ਦੇ ਖਾਤੇ ਇੱਕ ਬੰਡ ਦਾ ਹੋਰ ਇਜ਼ਾਫਾ ਕਰ ਗਿਆ ਚੱਲ ਵੀ ਸੁਣਿਆ ਇੱਧਰੋਂ ਕਹਿੰਦੇ ਵੇਖਾਂਗੇ ਕਿਹੜਾ ਗੱਭਰੂ ਰੇਡ